ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵੱਡਿਆਂ ਨੂੰ ਸਤਿਕਾਰ, ਛੋਟਿਆਂ ਨੂੰ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਗਰ ਕੀਰਤਨ ਹੋ ਰਿਹਾ ਜੀ ਸਾਊਥ ਹਾਲ ਦੇ ਵਿੱਚ, ਖਾਲਸਾ ਦੇ ਸਾਜਨਾ ਦਿਵਸ ਦੇ ਸਮਰਪਿਤ। ਸੋ ਅਸੀਂ ਜਾ ਰਹੇ ਜੀ ਦਰਸ਼ਨ ਕਰਨ। ਗੱਡੀ ਅਸੀਂ ਲਾਤੀ ਇੱਥੇ ਜੀ ਨੋਰਵੁੱਡ ਹਾਲ, ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ, ਖਾਲਸਾ ਪ੍ਰਾਇਮਰੀ ਸਕੂਲ। ਸੋ ਪਾਰਕਿੰਗ ਸੀਗੀ, ਆਪਾਂ ਨੂੰ ਉੱਥੇ ਜਗ੍ਹਾ ਮਿਲ ਗਈ। ਕਰਾਉਂਦੇ ਜੀ ਤੁਹਾਨੂੰ ਦਰਸ਼ਨ ਨਗਰ ਕੀਰਤਨ ਦੇ ਸਾਊਥ ਹਾਲ ਦੇ, ਔਰ ਤੁਸੀਂ ਵੀ ਆਨੰਦ ਮਾਣਿਓ ਜੀ। ਇੱਧਰ ਆ ਜੀ ਬੱਚਿਆਂ ਦੇ ਯੂਨੀਫੋਰਮ, ਖਾਲਸਾ ਪ੍ਰਾਇਮਰੀ ਸਕੂਲ। ਸੋ ਬਹੁਤ ਵਧੀਆ ਅੰਦਰ ਬਿਲਡਿੰਗ। ਸੋ ਵਾਜੇ ਤਪਲੇ ਦੀ ਸਪਲਾਈ। ਸੋ ਗੁਰਦੁਆਰਾ ਸਾਹਿਬ ਜੀ ਸਿੰਘ ਸਭਾ ਵੱਲੋਂ ਇਹ ਤਿਆਰ ਕੀਤਾ ਗਿਆ ਔਰ ਬਹੁਤ ਵਧੀਆ ਜੀ। ਸੋ ਬੱਚਿਆਂ ਦੀ ਯੂਨੀਫੋਰਮ ਔਰ ਇਹ ਜੀ ਅੰਦਰਲੀ ਬਿਲਡਿੰਗ ਸਕੂਲ ਦੀ। ਲੈ ਕੇ ਚੱਲਦੇ ਤੁਹਾਨੂੰ ਜੀ, ਦਰਸ਼ਨ ਕਰਾਉਂਦੇ ਹਾਂ ਜੀ ਨਗਰ ਕੀਰਤਨ ਦੇ। ਬਣੇ ਰਹੋ ਜੀ। ਆਪਣੇ ਚਰਨਾ ਕਮਲ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਹੋ ਸਰਬਤ ਦੇ ਸੀਸ ਤੇ ਆਪਣਾ ਮਹਿਰ ਕਰਿਆ ਆਪਣੇ ਪੰਜਾਂ ਪਿਆਰਾਂ ਦੀ ਗਵਾਈ ਸਤਿਗੁਰੂ ਜੀ ਆਪ ਦੀ ਆਗਿਆ ਮੰਨਦੇ ਹਨ। ਆਗਿਆ ਬਖਸ਼ਿਸ਼ਾਂ ਕਰੋ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹੀ ਕਰਾਏ ਪਾਣੀ ਸਰਬਤ ਦਾ ਸੋ ਨਗਰ ਕੀਰਤਨ ਦੀ ਅਰਦਾਸ ਹੋ ਚੁੱਕੀ ਹੈ ਜੀ। ਨਗਰ ਕੀਰਤਨ ਹੁਣ ਆਰੰਭ ਹੋਣ ਲੱਗਾ। ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਤੋਂ ਸਟਾਰਟ ਹੋਇਆ ਸੀਗਾ ਔਰ ਇਹ ਪਾਰਕ ਐਵਨਿਊ ਸਿੰਘ ਸਭਾ ਜਾ ਕੇ ਸਮਾਪਤੀ ਹੋਏਗੀ। ਸੋ ਆਪਾਂ ਚੱਲਦੇ ਹਾਂ ਜੀ, ਕੋਸ਼ਿਸ਼ ਕਰਦੇ ਹਾਂ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਇੱਧਰ ਹੈ ਜੀ ਮੇਅਰ ਆਫ ਲੰਡਨ ਸਦੀਕ ਖਾਨ ਜੀ। ਸੋ ਅਕਾਲ ਪੁਰਖ ਕੀ ਫੌਜ ਔਰ ਗੱਡੀਆਂ ਦੇ ਜ਼ੋਰ ਦਿਖਾਏ ਜਾਣਗੇ ਇੱਥੇ ਹੁਣ। ਸੇਵਾ ਸ਼ੁਰੂ ਹੋ ਗਈ ਹੈ ਜੀ, ਅੱਗੇ ਅੱਗੇ ਸੰਗਤਾਂ ਸੇਵਾ ਕਰਦੀਆਂ ਹੋਈਆਂ। ਸੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਬਹੁਤ ਅਦਬ ਨਾਲ ਮਹਾਰਾਜ ਸਵਾਰੀ ਆ ਜੋ। ਸੋ
ਵਧਾਈਆਂ ਬਹੁਤ ਬਹੁਤ ਵਧਾਈਆਂ ਭਾਜੀ ਖਾਲਸਾ ਖਾਲਸਾ ਭਾਈ ਫਤਿਹ ਜੀ ਵਧਾਈਆਂ ਬਹੁਤ ਬਹੁਤ ਭਾਜੀ ਖਾਲਸਾ ਖਾਲਸਾ ਤੇ ਵਧਾਈਆਂ ਬਹੁਤ ਬਹੁਤ ਵਾਹ ਖਾਲਸਾ ਹੋਵੇ ਫਤਿਹ ਵਧਾਈਆਂ ਬਹੁਤ ਬਹੁਤ ਧੰਨਵਾਦ ਖਾਲਸਾ ਫਤਿਹ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਿੱਧਰ ਸੇਵਾ ਸੇਵਾ ਕਰਦੇ ਉੱਧਰ ਜਾ ਕੇ ਕਿੱਧਰ ਉੱਧਰ ਕਰਦੇ ਰਾਤ ਨੂੰ ਵਾਹ ਖਾਲਸਾ ਵਾਹ ਫਤਿਹ ਵਧਾਈਆਂ ਮਾਰਵੇ ਠੀਕ ਹੈ ਅਸੀਂ ਪਹੁੰਚ ਗਏ ਜੀ ਕਿੰਗ ਸਟ੍ਰੀਟ ਸੋ ਥੋੜ੍ਹਾ ਜਿਹਾ ਪੈਂਡਾ ਲੰਘਦੇ ਸਾਰੀ ਅਸੀਂ ਇੱਧਰ ਆ ਗਏ ਸੀ ਸੋ ਇਹ ਪਹੁੰਚ ਗਿਆ ਜੀ ਕਿੰਗ ਸਟ੍ਰੀਟ ਓ ਸੰਗਤਾਂ ਦਾ ਕੱਟ ਲਗਾਤਾਰ ਸੇਵਾ ਚੱਲ ਰਹੀ ਹੈ ਸੋ ਇਹ ਹੈ ਜੀ ਕਿੰਗ ਸਟ੍ਰੀਟ ਮੌਸਮ ਗੁਰੂ ਸਾਹਿਬ ਨੇ ਕਿਰਪਾ ਕਰਤੀ ਧੁੱਪ ਚੜ੍ਹੀ ਹੋਈ ਬਿਲਕੁਲ ਕਿੱਦਾਂ ਵੀਰ ਜੀ ਠੀਕ ਹੋ ਵਾਹ ਖਾਲਸਾ ਵਾਹ ਫਤਿਹ ਵਧਾਈਆਂ ਬਹੁਤ ਬਹੁਤ ਤੁਹਾਨੂੰ ਸਾਖੀ ਦੀਆਂ ਵਧਾਈਆਂ ਹੋਣ ਜੀ ਸਾਖੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਵਧੀਆ ਪੰਜ ਪਿਆਰੇ ਅਗਵਾਈ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਰਦੇ ਠਾਠਾ ਮਾਰਦਾ ਕੱਠ
सेवा चल रही निरंतर। और इधर जी श्री राम मंदिर सभी दर्शन कर लो जी। सो सत्कार वजो गुरु ग्रंथ साहब के आने की खुशी च लंगर जी मजा वाह खालसा वाह फतेह बधाइयां पाजी बहुत बहुत नहीं नहीं चढ़ दी कला बस ला लो एक ला लो पीने में रिकॉर्डिंग करते करते पी लेना। थैंक यू वीर जी। ओके जी पूरी की विदा हम मेरा। सो लॉकडाउन में रहे वीर जी ने सानू सेवा करती। एक्चुअली सेल खत्म हो गए सी बैटरी दे जड़ा एदा एदे विच सेल पैंदा। सो धन्यवाद वीर जी नाले बधाइयां बहुत बहुत नगर नगर कीर्तन दिया विसाखी दिया वाह खालसा फतेह बधाइयां बहुत बहुत धन्यवाद। सो जी वीर होने फिर भी ओके वीर जी ओके बधाइयां बहुत बहुत सेवा जी निरंतर पूरा कंट्रोल। राज करेगा राज करेगा राज करेगा राज करेगा।
ਸੇਵਾ ਹੁੰਦੀ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ। ਸੰਗਤਾਂ ਬਹੁਤ ਸ਼ਰਧਾ ਨਾਲ ਸੇਵਾ ਕਰ ਰਹੀਆਂ ਔਰ ਨਾਲ ਨਾਲ ਬੈਗ ਦੇ ਵਿੱਚ ਪਾਉਂਦੇ ਹੋਏ काफ़ी ठंड है पर फिर भी संगत देखो परवाह नहीं करदी हुई भैन जी होनी नंगे पैरी उधर भी भैन जी ਮੌਸਮ ਥੋੜ੍ਹਾ ਖਰਾਬ ਹੁੰਦਾ ਆ ਪਰ ਗੁਰੂ ਸਾਹਿਬ ਦੀ ਕਿਰਪਾ ਰਹੂਗੀ ਕਿਉਂਕਿ ਹਰ ਵਾਰੀ ਇਹ ਮੀਂਹ ਜਿਹੜਾ ਹਾਜ਼ਰੀ ਲਵਾ ਕੇ ਜਾਂਦਾ ਹੁੰਦਾ ਸੋ ਸ਼ਾਇਦ ਇਸ ਵਾਰ ਵੀ ਇੱਦਾਂ ਹੀ ਹੋਵੇ ਧੁੱਪ ਚੜ੍ਹੀ ਸੀਗੀ ਇੱਕਦਮ ਔਰ ਮੌਸਮ ਥੋੜ੍ਹਾ ਜਿਹਾ ਖਰਾਬ ਹੁੰਦਾ ਹੋਇਆ ਸੰਗਤਾਂ ਉੱਦਾਂ ਹੀ ਜੀ ਕੋਈ ਪਰਵਾਹ ਨਹੀਂ ਸੋ ਸਮਾਪਤੀ 'ਤੇ ਘਰ ਜਾਣਗੀਆਂ ਝੱਗੜ ਝਾਂਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਏ ਸੋ ਗੁਰੂ ਸਾਹਿਬ ਨਾਲ ਇੰਨਾ ਪਿਆਰ ਹੈ ਸੰਗਤਾਂ ਦਾ ਅਜੇ 3 ਜਾਂ 4 ਘੰਟੇ ਲੱਗ ਜਾਣਗੇ ਅਜੇ ਤਾਂ ਨਗਰ ਕੀਰਤਨ ਸਟਾਰਟ ਹੋਇਆ ਸੀਗਾ ਫਾਲਿਆ ਚੋਰੀ ਚੋਰੀ ਅਸੀਂ ਵਧਾਈਆਂ ਨਾਲੇ ਬਹੁਤ ਬਹੁਤ ਨਗਰ ਕੀਰਤਨ ਦੀਆਂ ਵਿਸਾਖੀ ਦੀਆਂ ਲੰਗਰ ਦੀ ਸੇਵਾ ਚਲਦੀ ਹੋਈ ਪਾਪੜੀ ਚਾਟ ਹੋਰ ਕਿੱਦਾਂ ਠੀਕ ਹੋ ਵਧੀਆ ਵਧਾਈਆਂ ਬਹੁਤ ਬਹੁਤ ਸੋ ਨਿਰੰਤਰ ਸੇਵਾ ਚੱਲ ਰਹੀ ਜੀ ਅੱਗੇ ਅੱਗੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਜੀ ਸੰਗਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ
ਸੋ ਇਧਰ ਹੈ ਜੀ ਆਪਣੀ ਚਾਹੀ ਲੱਗਾ ਸ੍ਰੀ ਅਕਾਲ ਸੋ ਦੇਖਿਆ ਜੀ ਸੋ ਭੈਣ ਜੀ ਹੁਣੀ ਸੇਵਾ ਕਰਦੇ ਹੋ ਸੋ ਵੀਰ ਜੀ ਹੁਣੀ ਸਾਰੇ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂਜੀ ਸੰਗਤ ਟੀਵੀ ਦੇ ਨਹੀਂ ਨਹੀਂ ਮੈਂ ਮੇਰਾ ਆਪਣਾ ਯੂਟਿਊਬ ਚੈਨਲ ਹੈਗਾ ਅੱਛਾ ਆਪਣਾ ਯੂਟਿਊਬ ਹਾਂਜੀ ਹਾਂਜੀ ਸੋ ਵੀਰ ਜੀ ਹੁਣੀ ਸੇਵਾ ਨਿਰੰਤਰ ਚੱਲ ਰਹੀ ਸੋ ਬੜੀ ਫੁਰਤੀ ਨਾਲ ਤਿਆਰ ਕਰਦੇ ਹੋਏ ਸੋ ਅਸੀਂ ਵੀ ਛਕਦੇ ਹੋਏ ਜੀ ਪਾਪੜੀ ਚਾਟ ਬਹੁਤ ਆਉਂਦਾ ਜੀ ਛਕੋ ਜੀ ਛਕੋ ਆਨੰਦ ਆ ਗਿਆ ਗੁਰੂ ਕਾ ਲੰਗਰ ਸੋ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਹੈਪੀ ਵਿਸਾਖੀ ਸੇਵਾ ਹਾਂ ਥੈਂਕ ਯੂ ਭੰਡਾਰੇ ਭਰੇ ਹੋਏ ਜੀ ਵਾਹ ਜੀ ਵਾਹ ਸੋ ਇੱਧਰ ਹੈ ਜੀ ਸਾਹਿਬ ਪਕੌੜਿਆਂ ਦਾ ਲੰਗਰ ਕੀ ਮਰ ਰਿਹਾ ਜੀ ਪਕੌੜੇ ਵਾਹ ਜੀ ਵਾਹ ਵਾਹ ਨਾਲ ਗੁੜ ਵਾਲੀ ਚਾਹ ਕਿਆ ਬਾਤ ਹੈ ਕਿਆ ਬਾਤ ਲਓ ਜੀ ਨੰਨੇ ਮੁੰਨੇ ਬੱਚੇ ਸੇਵਾ ਕਰਦੇ ਹੋਏ ਇੱਧਰ ਸੋ ਇੱਧਰ ਚਾਹ ਬਣ ਰਹੀ ਕੌਫੀ ਬਣ ਰਹੀ ਹਾਂ ਠੀਕ ਕਿੱਦਾਂ ਲੱਗ ਰਿਹਾ ਸੇਵਾ ਕਰਕੇ ਆਨੰਦ ਆ ਰਿਹਾ ਵੈਰੀ ਗੁੱਡ ਇੱਧਰ ਹੈ ਜੀ ਸ਼ਾਬਾਸ਼ ਸ਼ਾਬਾਸ਼ ਸੋ ਸੰਗਤ ਵਧੀ ਹੋਈ ਜੀ ਪਰਿਵਾਰ ਸਮੇਤ ਫੜੇ ਗਏ ਫੜੇ ਗਏ ਵਾਹ ਖਾਲਸਾ ਫਤਿਹ ਚੰਨੀ ਭਾਅ ਜੀ ਵਾਹ ਖਾਲਸਾ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਭਾਜੀ ਬਹੁਤ ਬਹੁਤ ਮੁਬਾਰਕਾਂ ਹੁਣ ਬੜਾ ਆਪਣਾ ਉਪਰਾਲਾ ਕਰ ਰਹੇ ਹੋ ਹਾਂਜੀ 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 ਲਾਸਟ ਟਾਈਮ ਵੀ ਆਪਾਂ ਕੀ ਦੇਖ ਹਾਂ 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 ਬਿਲਕੁਲ ਬਿਲਕੁਲ ਉਹ ਜੇ ਲੱਗਾ ਜੀ ਹਾਂ ਹਾਂ ਥੈਂਕ ਯੂ ਵੀਰ ਵਾਹ ਖਾਲਸਾ ਵਾਹਿ ਫਤਿਹ ਚੜ੍ਹਦੀ ਕਲਾ ਦਰਸ਼ਨ ਨਹੀਂ ਹੁੰਦੇ ਕਿੱਥੇ ਰਹਿੰਦੇ ਹੋ ਬਸ ਬਾਬਾ ਜੀ ਮਾਂ ਦੇ ਚਰਨਾਂ 'ਚ ਹਾਂ ਹਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਸੋ ਸੰਗਤਾਂ ਦਾ ਇਕੱਠ ਵੱਧਾ ਹੋਇਆ ਸੋ ਅਸੀਂ ਪਹੁੰਚ ਰਹੇ ਹਾਂ ਜੀ ਸਾਊਥ ਸਟੇਸ਼ਨ ਦੇ ਕੋਲ ਗੁਰਦੁਆਰਾ ਸਿੰਘ ਸਭਾ ਪਾਰਕ ਐਵਨਿਊ ਅਸੀਂ ਉੱਥੇ ਪਹੁੰਚ ਜਾਵਾਂਗੇ ਮੈਨੂੰ ਲੱਗਦਾ ਕਿ ਟਾਈਮ ਲੱਗੇਗਾ ਕਾਫੀ ਔਰ ਸੰਗਤਾਂ ਵਾਧੇ ਹੁੰਦੇ ਹੋਏ ਸੋ ਬੜੇ ਸ਼ਰਧਾ ਨਾਲ ਸੇਵਾ ਕਰਦੇ ਹੋਏ ਵੀਰ ਆਪਣੇ ਵੀਰ ਜੀ ਹੋਣੀ ਇੱਧਰ ਜੀ ਚਾਹ ਦਾ ਲੰਗਰ ਇੱਧਰ ਹੈ ਜੀ ਗਰਮਾ ਗਰਮ ਬ੍ਰੈਡ ਪਕੌੜੇ ਨਿਕਲ ਰਹੇ ਆ ਹਾਂਜੀ ਪਰਸਨਲ ਪਰਸਨਲ
ਲਓ ਜੀ ਗੁਰੂ ਸਾਹਿਬ ਦੇ ਘਰ ਦੇਖੋ ਕੋਈ ਘਾਟਾ ਨਹੀਂ ਹੈ ਬੱਲੇ ਬੱਲੇ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਖਾਲਸਾ ਦੀਆਂ ਸਾਜਣਾ ਦਿਵਸ ਦੀ ਨਗਰ ਕੀਰਤਨ ਦੀਆਂ ਲਓ ਜੀ ਮਿਲ ਗਏ ਆਪਣੇ ਸਿੰਘ ਸਾਰੇ ਮਿਲਦੇ ਵਾਹ ਜੀ ਵਾਹ ਸੋ ਸੰਗਤਾਂ ਦਾ ਇਕੱਠ ਵਧਾ ਹੋਇਆ ਵੀਰ ਜੀ ਸੇਵਾ ਕਰਦੇ ਹੋਏ ਕੈਂਡੀ ਦਾ ਲੰਗਰ ਬੱਚਿਆਂ ਵਾਸਤੇ ਪੌਪਕੋਰਨ ਸੋ ਵੱਡਾ ਵੀ ਚੱਕ ਰਹੇ ਵਧੀਆ ਲੱਗਦਾ ਬਚਪਨ ਯਾਦ ਆ ਗਿਆ ਭਾਜੀ ਸੋ ਸੰਗਤਾਂ ਦਾ ਇਕੱਠ ਵੱਧਾ ਹੋਇਆ ਇੱਧਰ ਜੀ ਲੰਗਰ ਦਾ ਦੁੱਧ ਦਾ ਲੰਗਰ ਬੜੇ ਪਿਆਰ ਨਾਲ ਸੇਵਾ ਕਰਦੇ ਹੋਏ ਆਪਾਂ ਵੀ ਛੱਕ ਰਹੇ ਹਾਂ ਜੀ ਸੁਧਰ ਜੀ ਸਪਰਿੰਗ ਰੋਲ ਦਾ ਲੰਗਰ ਸੁਣਨਾ ਬੱਚਾ ਹੈਲੋ ਹਾਂਜੀ ਹੈਲੋ ਕਰ ਦੋ ਜੈ ਕਰਨੀ ਹੈ ਜੈ ਬਾਬਾ ਜੀ ਨੂੰ ਵਾਹਿਗੁਰੂ ਬੋਲ ਦੋ ਵਾਹਿਗੁਰੂ ਵਾਹ ਜੀ ਵਾਹ ਵਾਹ ਜੀ ਬਹੁਤ ਵਧੀਆ ਭੈਣ ਜੀ ਹੋਰ ਭੈਣ ਜੀ ਹੋਣੀ ਅੱਛਾ ਕਿੱਥੇ ਆ ਵਾਹ ਖਾਲਸਾ ਵਾਹ ਫਤਿਹ ਭੈਣ ਜੀ ਤੋ ਦੇਖੋ ਜੀ ਆਪਣੀ ਹਾਜ਼ਰੀ ਭਰਦਾ ਆ ਭੈਣ ਜੀ ਹੋਣੀ ਸਾਰੇ ਕਿੱਦਾਂ ਉਹ ਲੋਲੂ ਦੂਰੋਂ ਪਛਾਣ ਵਲੋਗ ਵਾਲੇ ਬੰਦੇ ਹੋਰ ਕਿੱਦਾਂ ਖਾਲਸਾ ਫਤਿਹ ਜੈ ਕਿੱਥੇ ਆ ਵਧਾਈਆਂ ਬਹੁਤ ਬਹੁਤ ਠੀਕ ਹੋ ਮਨੀ ਸਨੀ ਕਿੱਦਾਂ ਹੋਰ ਆ ਗਿਆ ਸੋ ਪਹੁੰਚਣ ਵਾਲਾ ਜੀ ਸਾਊਥ ਹੋਲ ਸਟੇਸ਼ਨ
ਸਿੰਘ ਸਭਾ ਪਾਰਕ ਐਵਨਿਊ। ਵਾਹ ਜੀ ਵਾਹ, ਦੇਖੋ ਜੀ ਉਹਨੇ ਆਪਣੀ ਹਾਜ਼ਰੀ ਭਰਦੇ ਹੋਏ। ਵਾਹਿਗੁਰੂ। ਸੋ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੋਇਆ, ਇੱਥੇ ਲੋੜ ਪੈਂਦੀ ਨਹੀਂ ਕਿਉਂਕਿ ਇੱਥੇ ਕੋਈ ਵੀ ਹੁੜਮੱਤ ਨਹੀਂ ਹੁੰਦੀ, ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਬਹੁਤ ਸਮਝਦਾਰ ਹੈ। ਸੋ ਆਪਣੀ ਆਪਣੀ ਡਿਊਟੀ ਦੇ ਹਿਸਾਬ ਨਾਲ ਉਹ ਆਪਣੀ ਡਿਊਟੀ ਨਿਭਾਉਂਦੇ ਆ, ਕਦੀ ਵੀ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੋਈ। ਬਹੁਤ ਵਧੀਆ ਆਨੰਦ ਹੈ ਜੀ, ਕਿਉਂਕਿ ਬੱਚਿਆਂ ਨੂੰ ਵੀ ਲੈ ਕੇ ਆਏ ਹੋਏ ਆ, ਕਿਉਂਕਿ ਬੱਚਿਆਂ ਦੀ ਵੀ ਹਾਜ਼ਰੀ ਨਾਲ ਲੱਗ ਜਾਂਦੀ ਹੈ। ਸੋ ਗੁਰੂ ਸਾਹਿਬ ਇਹਨਾਂ ਬੱਚਿਆਂ ਦੀ ਔਰ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ, ਗੁਰਸਿੱਖੀ ਦੀ ਨਾਮ ਦਾਨ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨ ਜੀ। ਸੋ ਮੁੰਡੇ ਆਪਣੀ ਸੇਵਾ ਕਰਦੇ ਹੋਏ, ਖਾਲਸਾ ਵਾਹਿਗੁਰੂ। ਸੋ ਦੇਖੋ ਜੀ ਫਿਰ ਮੌਸਮ ਚੇਂਜ ਹੋ ਗਿਆ, ਬੂੰਦਾਬਾਂਦੀ ਹੋਈ ਸੀਗੀ ਪਰ ਫਿਰ ਬੰਦ ਹੋ ਗਈ। ਸੋ ਸਾਰੇ ਸਿੰਘ ਸੇਵਾ ਕਰਦੇ ਚੜ੍ਹਦੀ ਕਲਾ 'ਚ ਆ ਜਾਓ। ਇੱਕ ਜਕਾਰਾ ਛੱਡ ਦਿਓ ਯਾਰ, ਬਹੁਤ ਜੀ ਵਧਾਈਆਂ, ਬਹੁਤ ਬਹੁਤ ਜੀ। ਆਨੰਦ ਆ ਰਿਹਾ ਪੂਰਾ ਚੜ੍ਹਦੀ ਕਲਾ। ਸੋ ਇੱਧਰ ਵੀ ਆਪਣੇ ਵੀਰ ਸੇਵਾ ਕਰਦੇ ਹੋਏ, ਬਹੁਤ ਆਨੰਦ ਭਾਈ। ਸੋ ਅਸੀਂ ਪਹੁੰਚ ਗਏ ਜੀ ਸਾਊਥ ਹੋਲ ਸਟੇਸ਼ਨ, ਇਹ ਆ ਜੀ ਸਾਊਥ ਹੋਲ ਸਟੇਸ਼ਨ ਔਰ ਸਾਹਮਣੇ ਹੈ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹੋਲ ਪਾਰਕ ਐਵਨਿਊ। ਸੋ ਇੱਥੇ ਸਮਾਪਤੀ ਹੋਏਗੀ ਆਪਣੀ ਨਗਰ ਕੀਰਤਨ ਦੀ ਔਰ ਦੇਖੋ ਜੀ ਸੰਗਤਾਂ ਔਰ ਸਾਹਮਣੇ ਲਿਖਿਆ ਹੋਇਆ ਜੀ ਸਾਊਥ ਹਾਲ ਪੰਜਾਬੀ ਵਿੱਚ ਔਰ ਇੰਗਲਿਸ਼। ਸੋ ਬਹੁਤ ਵਧੀਆ, ਇੱਧਰ ਮਾਤਾ ਜੀ ਆਪਣਾ ਆਨੰਦ ਮਾਣਦੇ ਹੋਏ ਗੁਰੂ ਸਾਹਿਬ ਦੀ ਇੰਤਜ਼ਾਰ ਵਿੱਚ ਖੜ੍ਹੇ ਆ। ਵਧਾਈਆਂ ਮਾਤਾ ਜੀ, ਬਹੁਤ ਬਹੁਤ ਤੁਹਾਨੂੰ, ਬਹੁਤ ਬਹੁਤ ਨਿਹਾਲ ਸਤਿ ਸ੍ਰੀ ਅਕਾਲ। ਸੋ ਬਹੁਤ ਆਨੰਦ, ਖੁਸ਼ ਨੇ। ਸੋ ਦੇਖੋ ਜੀ ਹਜੇ ਕਿੰਨੀ ਸੰਗਤ ਪਿੱਛੇ ਆ ਔਰ ਉਸ ਤੋਂ ਜ਼ਿਆਦਾ ਸੰਗਤ ਅੱਗੇ ਆ, ਸ਼ਾਇਦ ਕੈਮਰੇ ਵਿੱਚ ਨਹੀਂ ਆ ਰਹੀ ਪਰ ਹੈ ਕਿ ਬਹੁਤ ਜ਼ਿਆਦਾ ਸੰਗਤ ਆ ਅੱਗੇ। ਔਰ ਇੱਧਰ ਹੈ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਜੋ ਸਾਊਥ ਹੋਲ ਸਟੇਸ਼ਨ ਦੇ ਨਾਲ ਲੱਗਦਾ। ਸੋ ਬਹੁਤ ਸੋਹਣਾ ਮਾਹੌਲ, ਔਰ ਆਪਣਾ ਆਪਣਾ ਸਾਰੇ ਥੈਂਕ ਯੂ ਵੀਰ ਜੀ। ਸੋ ਆਪਣੀ ਆਪਣੀ ਸੇਵਾ ਨਿਭਾਉਂਦੇ ਹੋਏ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਧਾਈਆਂ ਬਹੁਤ ਬਹੁਤ ਨਗਰ ਕੀਰਤਨ ਦੀ। ਸੋ ਇੱਧਰ ਹੈ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹੋਲ। ਸੋ ਇੱਥੋਂ ਪਤਾ ਲੱਗਦਾ ਜੀ ਕਿਉਂਕਿ ਅੱਗੇ ਥੋੜ੍ਹਾ ਭੀੜਾ ਸੀਗਾ, ਹੁਣ ਥੋੜ੍ਹੀ ਚੌੜੀ ਸੜਕ ਆ ਔਰ ਸੰਗਤ ਪੂਰੀ ਆ ਰਹੀ ਹੈ। ਕਿੱਦਾਂ ਜੀ ਵਾਹ ਖਾਲਸਾ ਫਤਿਹ ਜੀ, ਦਰਸ਼ਨ ਕਰ ਲਏ? ਕਰ ਲਏ ਬਾਬਾ ਜੀ ਦਰਸ਼ਨ। ਅੱਛਾ ਅੱਛਾ ਅੱਛਾ, ਓਏ ਨੂੰ ਤੂੰ ਵੀ ਕੀਤਾ ਦਰਸ਼ਨ? ਹੈ ਵਾਹਿਗੁਰੂ ਜੀ ਵਾਹਿਗੁਰੂ, ਓਏ ਤੇਰੀ ਓਏ ਤੇਰੀ ਵਾਹਿਗੁਰੂ ਜੀ। ਹੋਰ ਠੀਕ 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 ਵਧੀਆ। ਸੋ ਦੇਖਿਆ ਜੀ ਅਜੇ ਸੰਗਤ ਅੱਗੇ ਵੀ ਬਹੁਤ ਹੈ, ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸ਼ਾਇਦ ਕੈਮਰੇ ਵਿੱਚ ਨਾ ਆਵੇ। ਛੋਟੇ ਬੱਚੇ ਵੀ ਦਰਸ਼ਨ ਕਰ ਰਹੇ ਨੇ, ਮੁੰਡਾ ਕੁੜੀ? ਗੁੜੀਆ ਗੁੜੀਆ ਜੀ, ਵਾਹ ਬਹੁਤ ਵਧੀਆ। ਲਓ ਜੀ ਭੈਣ ਜੀ ਹੋਣੀ ਇੱਧਰ ਆਪਣੇ ਬੱਚਿਆਂ ਦੀਆਂ ਹਾਜ਼ਰੀ ਲਵਾ ਲਏ ਜੀ ਗੁਰੂ ਸਾਹਿਬ ਦੀ। ਓਏ 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 ਓਕੇ ਭੈਣ ਜੀ
ਸਤਿ ਸ਼੍ਰੀ ਅਕਾਲ ਕਰ ਦਿਓ। ਹਾਂਜੀ ਵਾਹ ਜੀ ਵਾਹ ਵਾਹ ਜੀ। ਦੁਕਾਨਾਂ ਲੱਗਦੀਆਂ ਹੋਈਆਂ ਸ਼ਾਸਤਰਾਂ ਦੀਆਂ। ਸੋ ਇੱਧਰ ਹੈ ਜੀ ਸ਼ਾਸਤਰ। ਸਰਬਲੋ ਦੇ ਭਾਂਡੇ ਵੀ ਇੱਧਰ ਹੈਗੇ ਜੀ। ਲਗਾਤਾਰ ਨਿਰੰਤਰ ਲੰਗਰ ਚੱਲਦਾ ਹੋਇਆ। ਸੋ ਇੱਧਰ ਆ ਜੀ ਬੱਚੇ ਬਰਗਰ ਦਾ ਲੰਗਰ ਛਕਦੇ ਹੋ। ਹਾਂ ਬੇਟੇ ਇੱਧਰ ਛਕੋ, ਆ ਜਾਓ। ਲਓ ਜੀ ਵੀਰ ਜੀ ਆਪਣੇ ਬੱਚਿਆਂ ਨਾਲ। ਸੋ ਇੱਧਰ ਆ ਜੀ ਆਲੂ ਦੀ ਟਿੱਕੀ ਤਿਆਰ ਹੁੰਦੀ ਹੈ ਔਰ ਇੱਧਰ ਬਰਗਰ, ਬਰਗਰ ਦਾ ਲੰਗਰ ਹੈ ਜੀ। ਬੜੇ ਪਿਆਰ ਨਾਲ ਲੰਗਰ ਤਿਆਰ ਕਰਦੇ ਹੋਏ ਬਰਗਰ ਦਾ ਲੰਗਰ। ਲੰਗਰ ਛਕ ਰਹੇ ਹੋ ਵੀਰ ਜੀ? ਬਹੁਤ ਵਧੀਆ। ਹੋ ਵੀਰ ਜੀ ਇਹ ਵੜਾ ਪਾਓ ਹੈ। ਸੋ ਬੰਬੇ ਦਾ ਮਸ਼ਹੂਰ ਵੜਾ ਪਾਓ ਦਾ ਲੰਗਰ ਲੱਗਾ। ਕੋਈ ਗੱਲ ਨਹੀਂ। ਗੁਰੂ ਕੇ ਲੰਗਰ ਇੱਦਾਂ ਹੀ ਹੁੰਦੇ ਆ, ਜਿੰਨੇ ਵਾਰੀ ਮਰਜ਼ੀ ਛਕੋ ਫਿਰ ਦੁਬਾਰਾ ਖਾਣ ਨੂੰ ਦਿਲ ਕਰਦਾ। ਹਾਂ ਸੋ ਦੇਖੋ ਜੀ ਸੰਗਤਾਂ ਦਾ ਇਕੱਠ ਔਰ ਮਹਾਰਾਜ ਦੀ ਸਵਾਰੀ ਆ ਰਹੀ ਹੈ, ਇਸ ਕਰਕੇ ਸੰਗਤਾਂ ਨੂੰ ਸਾਈਡ 'ਤੇ ਕਰਦੇ ਹੋਏ। ਵਾਹ ਸੋ ਸੰਗਤਾਂ ਦਾ ਦੇਖਿਆ ਜੀ ਹਠਾ ਮਾਰਦਾ ਹੋਇਆ ਇਕੱਠ। ਖਾਲਸਾ ਵਾਹਿ ਫਤਿਹ। ਕਿੱਦਾਂ ਵੀਰ ਜੀ, ਮੁਬਾਰਕਾਂ ਬਹੁਤ ਬਹੁਤ ਵਧਾਈਆਂ ਜੀ। ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ। ਸੋ ਵੀਰ ਜੀ ਹੁਣੀ ਮਿਲਿਆ ਜੀ, ਬਹੁਤ ਆਨੰਦ। ਸੋ ਸੰਗਤਾਂ ਦਾ ਇਕੱਠ ਵੱਧ ਗਿਆ ਜੀ ਫਿਰ ਇੱਥੇ ਆ ਕੇ। ਪਿੱਛੇ ਸੰਗਤਾਂ ਥੋੜ੍ਹੀਆਂ ਘੱਟ ਸੀਗੀਆਂ, ਇੱਥੇ ਜਾ ਕੇ ਫਿਰ ਥੋੜ੍ਹਾ ਸੰਗਤਾਂ ਦਾ ਇਕੱਠ ਵੱਧ ਗਿਆ। ਵਧਾਈਆਂ ਜੀ ਪਿਆਰੋ, ਕਿੱਦਾਂ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਸਾਹਮਣੇ ਵੀਰ ਮਿਲੇ ਜੀ, ਮੁਬਾਰਕਾਂ ਵੀਰੇ। ਵੇਖਲੋ ਸਿੰਘ ਨੰਗੇ ਪੈਰੀ ਲੱਗੇ ਆ, ਠੰਡ ਦੀ ਕੋਈ ਪਰਵਾਹ ਨਹੀਂ। ਸਾ ਵਾਹਿਗੁਰੂ ਜੀ ਕੀ ਫਤਿਹ। ਤਖਤਾਂ ਸਾਰੀਆਂ ਵੇਟ ਕਰਦੀਆਂ ਹੋਈਆਂ। ਆ ਵਾਹਿ ਖਾਲਸਾ ਫਤਿਹ। ਸੋ ਗੁਰੂ ਸਾਹਿਬ ਦੇ ਇੰਤਜ਼ਾਰ ਵਿੱਚ ਸੰਗਤਾਂ ਖੜ੍ਹੀਆਂ ਹੋਈਆਂ ਔਰ ਦੋਨਾਂ ਸਾਈਡਾਂ 'ਤੇ 19 ਸੰਗਤ ਹੀ ਹੈ। ਸੋ ਇੱਧਰ ਖੜ੍ਹਾ ਜੀ ਪੰਜਾਬ ਦੀ ਸ਼ਾਨ ਟਰੈਕਟਰ। ਬੜਾ ਸਜਾਇਆ ਹੋਇਆ ਫੋਰਡ। ਹਾਂਜੀ ਵਾਹਿਗੁਰੂ ਜੀ ਓ ਸ਼ਾਬਾਸ਼ ਵਾਹਿਗੁਰੂ, ਹੱਥ ਜੋੜ ਕੇ ਕਰ ਦੋ।
ਨਾ ਆਪੋਜ਼ਿਟ ਸਾਈਡ ਖੜਾ ਉਹ ਵੈਲ ਡਨ ਵਾਹ ਜੀ ਵਾਹ ਉਹ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਭਾਈ ਸਾਹਿਬ ਬਸ ਜੋੜੀ ਰੱਖਿਓ ਇਦਾਂ ਹੀ ਹਾਂਜੀ ਹਾਂਜੀ ਬੱਚਿਆਂ ਨੂੰ ਉਹ ਵੱਡਾ ਅੱਛਾ ਅੱਛਾ ਉਹ ਵੱਡਾ ਠੀਕ ਹੈ ਠੀਕ ਹੈ ਵਾਹ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬਹੁਤ ਵਧੀਆ ਲਓ ਜੀ ਬੱਚੇ ਆਪਣੀ ਹਾਜ਼ਰੀ ਲਵਾ ਰਹੇ ਨੇ ਬਹੁਤ ਚੜ੍ਹਦੀ ਕਲਾ ਜੀ ਸ਼ਾਬਾਸ਼ ਮਹਾਰਾਜ ਚੱਲਦਾ ਤਾਂ ਹੈ ਨਹੀਂ ਪਿਆ ਤੁਸੀਂ ਉੱਦਾਂ ਹੀ ਆਨੰਦ ਸੋ ਭੈਣ ਜੀ ਹੋਣੀ ਆਨੰਦ ਮਾਰ ਰਹੇ ਟਰੈਕਟਰ ਦਾ ਪਿੰਡ ਦੀ ਯਾਦ ਆ ਗਈ ਹੋਣੀ ਅੱਛਾ ਓਕੇ 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 ਸੋ ਇੱਕ ਹੋਰ ਟਰੈਕਟਰ ਜੀ ਉਸਦੇ ਪਿੱਛੇ ਖੜਾ 9-11 ਥੈਂਕ ਯੂ ਭਾਅ ਜੀ ਨਰਿੰਦਰ ਭਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹੋਰ ਠੀਕ ਠਾਕ ਹੋ ਸੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਓ ਨੰਨੇ ਮੰਨੇ ਬੱਚੇ ਵੀ ਆ ਵਾਹ ਜੀ ਵਾਹ ਅੱਛਾ ਭਤੀਜੇ ਵਾਹ ਵਾਹ ਅੱਛਾ ਅੱਛਾ ਵਧਾਈਆਂ ਭਾਅ ਜੀ ਨਾਲੇ ਤੁਸੀਂ ਨਗਰ ਕੀਰਤਨ ਨਾਲੇ ਬੱਚਿਆਂ ਦੀਆਂ ਤਾਂ ਤੁਸੀਂ ਹਾਜ਼ਰੀ ਲਵਾ ਰਹੇ ਬੱਚਿਆਂ ਦੀ ਵਾਹ ਹੋਰ ਵਾਹ ਖਾਲਸਾ ਭਾਈ ਫਤਿਹ ਜੀ ਠੀਕ ਹੈ ਲਓ ਜੀ ਖਾਲਸਾ ਭਾਈ ਫਤਿਹ ਠੀਕ ਹੈ ਭੈਣ ਜੀ ਠੀਕ ਵਾਹ ਖਾਲਸਾ ਭਾਈ ਫਤਿਹ ਆਨੰਦ ਹਾਂਜੀ ਹੋਰ ਚੜ੍ਹਦੀ ਕਲਾ ਜੀ ਬਸ ਵਧੀਆ ਜੀ ਬੱਚੇ ਛੱਕ ਰਹੇ ਵੀਰ ਜੀ ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਉਪਰਾਲਾ ਕੋਸ਼ਿਸ਼ ਕਰ ਰਹੇ ਹਾਂ ਜੀ ਹਾਂਜੀ ਬੱਚੇ ਵੱਡੇ ਸਾਰੇ ਆਪਣਾ ਪੰਜਾਬੀ ਇੱਥੇ ਸਿੱਖ ਸਕਣ ਹਾਂਜੀ 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 ਸੌਖੇ ਵੇ ਨਾਲ ਹਾਂ ਨਹੀਂ ਨਹੀਂ ਖੇਡਦੇ ਪੰਜਾਬੀ ਸਿੱਖ ਸਕਣ ਨਹੀਂ ਬੱਲੇ ਅਵਤਾਰ ਸਿੰਘ ਜੀ ਵਾਹ ਖਾਲਸਾ ਵਾਹ ਫਤਿਹ ਇਸ਼ੂ ਕਿੱਦਾਂ ਠੀਕ ਆ ਹੋਰ ਠੀਕ ਠਾਕ ਭੈਣ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਹਾਂ ਪੂਰਾ ਸਿੰਘ ਸਜਾਤਾ ਹਾਂ ਖਾਲਸਾ ਵਾਹਿਗੁਰੂ ਜੀ ਫਤਿਹ ਚੜ੍ਹਦੀ ਕਲਾ ਠੀਕ ਹੋ ਹੋਰ ਅਵਤਾਰ ਸਿੰਘ ਜੀ ਸਭ ਠੀਕ ਹੈ ਪੜ੍ਹਾਈ ਕਿੱਦਾਂ ਚੱਲ ਰਹੀ ਇਸ਼ੂ ਪੜ੍ਹਾਈ ਕਿੱਦਾਂ ਚੱਲ ਰਹੀ ਠੀਕ ਠਾਕ ਠੀਕ ਹੈ ਵੈਰੀ ਗੁੱਡ ਗੁੱਡ ਬੋਲਦਾ ਨਾ ਪੰਜਾਬੀ ਨਾਲ ਹਾਂਜੀ ਹਾਂਜੀ ਠੀਕ 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 ਸੋ ਅਵਤਾਰ ਸਿੰਘ ਜੀ ਮਿਲਿਆ ਜੀ ਵੈਰੀ ਨਾਈਸ ਭਾਜੀ ਬਹੁਤ ਸੋਹਣਾ ਚੈਨਲ ਤੁਹਾਡਾ ਜੀ ਬਹੁਤ ਸੋਹਣਾ ਵੈਰੀ ਨਾਈਸ ਬਹੁਤ ਸੋਹਣਾ ਇੱਧਰ ਵੀ ਆ ਜੀ ਓਏ ਗੁੱਗੂ ਹੈਲੋ ਹਾਂ ਜੀ ਬਹੁਤ ਭਾਈ ਤੁਹਾਨੂੰ ਕਾਲ ਸਾਹਿਬ ਬੜਾ ਇੰਤਜ਼ਾਰ ਕਰ ਰਿਹਾ ਪਰ ਗੁਰੂ ਸਾਹਿਬ ਦਾ ਨਾ ਹਾਂਜੀ ਵਾਹਿਗੁਰੂ ਕਰ ਦੋ ਵਾਹਿਗੁਰੂ ਕਰ ਦੋ ਕਰਦਾ ਵਾਹਿਗੁਰੂ ਜੀ ਕਰਦਾ ਹੱਥ ਜੋੜ ਕੇ ਪਤਾ ਕਿੱਦਾਂ ਕਰਦਾ ਨਾ ਉਹਦਾ ਧਿਆਨ ਉਧਰ ਹੈ ਹਾਂਜੀ ਅੱਜ ਪਾਲਕੀ ਆ ਧਿਆਨ ਹੈ ਹਾਂਜੀ ਪਾਲਕੀ ਸਾਹਿਬ ਆ ਰਹੀ ਹੈ ਥੋੜਾ ਪਿੱਛੇ ਨੂੰ ਹੋਟ ਓਕੇ ਓਕੇ ਦੇਖੋ ਪਾਲਕੀ ਸਾਹਿਬ ਕਾਫੀ ਪਿੱਛੇ ਆ ਅਸੀਂ ਪਹੁੰਚ ਗਏ ਜੀ ਸਾਊਥ ਰੋਡ ਕੁਆਲਿਟੀ ਫੂਡ ਸੋ ਲਓ ਜੀ ਵੀਰ ਜੀ ਹੁਣੀ ਮਿਲੇ ਆ ਜੀ ਵਾਹਿਗੁਰੂ ਜੀ ਫਤਿਹ ਵਧਾਈਆਂ ਬਹੁਤ ਭਾਅ ਜੀ ਨਗਰ ਕੀਰਤਨ ਦੀ ਹਾਂਜੀ ਹਾਂਜੀ ਸੋ ਲੰਗਰ ਛੱਕ ਕੇ ਵੀਰ ਜੀ ਹੁਣੀ ਆਈਸਕ੍ਰੀਮ ਨਾਲ ਵਾਹ ਜੀ ਵਾਹ ਸੋ ਲੰਗਰ ਛੱਕਦੇ ਹੋਏ ਜੀ ਲੈ ਲਓ ਯਾ ਸੋ ਹੈਪੀ ਵਿਸਾਖੀ ਸੋ ਇੱਧਰ ਜੀ ਖਾਲਸਾ ਏਡ ਰਵੀ ਭਾਅ ਜੀ ਥੈਂਕ ਯੂ ਜੀ ਦਰਸ਼ਨ ਹੋ ਗਏ ਤੁਹਾਡੇ ਰਵੀ ਭਾਅ ਜੀ ਵੈਲਕਮ ਥੈਂਕ ਯੂ ਜੀ ਬਹੁਤ ਬਹੁਤ ਵਧਾਈਆਂ ਅੰਕਲ ਜੀ ਵਿਸਾਖੀ ਦੀਆਂ ਨਗਰ ਕੀਰਤਨ ਦੀਆਂ ਬਹੁਤ ਵਧਾਈਆਂ ਜੀ ਹਾਂਜੀ ਹਾਂਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਹਾਂਜੀ
एक चीज देखी है राजे हाँ जी भाई मैं तो पंजाब से समझता थी भी इन्हें पंजाबी साढ़े पंजाब की ने अच्छा जी पर इतने तो कोई नंद बखरा जिम्मे पंजाब बिल्कुल बिल्कुल जी यह भी देखता है साउथ वाला अस उधर समैथ करनी रहने उ जाके देखो उ भी यही हाल कनेडा चले जाओ उ भी बिल्कुल जी गुरु साहब यानी यह बख्श साड़ी सिखी ते हां बिल्कुल जी बिल्कुल सिखी बहुत शागी हां जी हां जी सिखी दी ता यानी मतलब जे मैं गुरु साहब कह गए थी उन्नी ता नहीं उद्दो भी बढ़ रही है हां जी हां जी मैं ता अरदास यही करूंगा भी आने वाले समय दे विच साड़ी संगत इद्दो भी बढ़ के अगे आवे हां जी हां जी और सारी साड़ी यूथ है जेड़ा खास करके बिल्कुल ओनु इस बाणे दे विच इस साड़ी मानस देह वालों भी देख के ख्याल करके भी एकने बनना चाहिए बहुत सोहना लगूगा जी अंता जी बहुत बहुत संगत नूं फेर बधाइयां बहुत वधिया बच्चे ਨਿਹੰਗ ਸੰਥਿਆ ਗੁਰਬਾਣੀ ਸੰਥਿਆ ਸਿੱਖਣ ਲਈ www.sikhwalsi.co.uk ਕਿਦਾਂ ਵੀਰ ਜੀ ਲੰਗਰ ਛਕਿਆ ਜਾ ਰਿਹਾ ਕੌਣ ਲੋ ਜੀ ਲੋ ਮਕਾਈ ਦੇ ਦਾਣੇ ਹੈ ਕਿਆ ਬਾਤ ਸੰਗਤ ਵਧੀ ਹੋਈ ਮਾਤਾ ਜੀ ਹਰ ਵਾਰ ਦੀ ਤਰ੍ਹਾਂ ਸੇਵਾ ਕਰਦੇ ਆ ਬਹੁਤ ਔਰ ਕਾਫੀ ਇਹਨਾਂ ਨਾਲ ਪਿਆਰ ਬਣਿਆ ਮਹਾਰਾਜ ਚੜ੍ਹਦੀ ਕਲਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਸੋ ਫਿਰ ਤਾਂ ਧੁੱਪ ਚੜ੍ਹਦੀ ਹੋਈ ਦੁਬਾਰਾ ਵਾਪਸ ਫਿਰ ਮੌਸਮ ਹੋਇਆ ਸੀਗਾ ਬਾਰਿਸ਼ ਦਾ ਔਰ ਨਹੀਂ ਔਰ ਮੌਸਮ ਬਹੁਤ ਵਧੀਆ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਔਰ ਸੰਗਤਾਂ ਦਾ ਠਾਠਾ ਮਾਰਦਾ ਕੱਟ ਔਰ ਨਵੰਬਰ 'ਚ ਨਗਰ ਕੀਰਤਨ ਸੀਗਾ ਉਹਦੇ ਨਾਲੋਂ ਜ਼ਿਆਦਾ ਸੰਗਤ ਹੈ ਇਸ ਵਾਰ ਸੰਗਤਾਂ ਬਾਹਰੋਂ ਵੀ ਆਈਆਂ ਹੋਈਆਂ ਕਾਫੀ ਵਾਹਿ ਖਾਲਸਾ ਵਾਹਿ ਫਤਿਹ ਹਾਂਜੀ ਸੁਖੀ ਭਾਅ ਜੀ ਖਾਲਸਾ ਵਾਹਿ ਫਤਿਹ ਵਧਾਈਆਂ ਭਾਅ ਜੀ ਬਹੁਤ ਬਹੁਤ ਨਗਰ ਕੀਰਤਨ ਦੀਆਂ ਬਹੁਤ ਹੋਰ ਬਾਅਦ ਚੜ੍ਹਦੀ ਕਲਾ ਨੇ ਖੂਬਸੂਰਤ ਅੱਜ ਮੌਸਮ ਬੜਾ ਵਧੀਆ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਹਾਂ ਹਾਂ ਤੇ ਖਾਲਸੇ ਦੇ ਸਾਜਨਾ ਦਿਵਸ ਦੀਆਂ ਤੁਹਾਨੂੰ ਮੁਬਾਰਕਾਂ ਬਹੁਤ ਤੁਹਾਨੂੰ ਬਹੁਤ ਵੀਰ ਜੀ ਤੁਹਾਨੂੰ ਬਹੁਤ ਸੋ ਲੰਗਰ ਚੱਲਦੇ ਜੀ ਨਿਰੰਤਰ ਸੰਗਤ ਦਾ ਇਕੱਠ ਲੋ ਜੀ ਸਾਰਾ ਪਰਿਵਾਰ ਬੱਚਿਆਂ ਦੇ ਨਾਲ ਲੰਗਰ ਛਕਦੇ ਹੋਏ ਲੋ ਜੀ ਵੀਰ ਜੀ ਹੋਣੀ ਸਾਰਾ ਪਰਿਵਾਰ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਉਧਰ ਨੰਨੇ ਮੰਨੇ ਬੱਚੇ ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ ਹਾਜ਼ਰੀ ਲੱਗੀ ਲੋ ਜੀ ਹਾਂਜੀ 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 ਅੱਛਾ ਅੱਛਾ ਵਾਹ ਜੀ ਅਸੀਂ ਪਹੁੰਚ ਗਏ ਜੀ ਸਾਊਥ ਰੋਡ ਔਰ ਹਾਈ ਸਟਰੀਟ ਦੇ ਕੋਰਨਰ 'ਤੇ ਨਗਰ ਕੀਰਤਨ ਬਹੁਤ ਆਰਾਮ ਨਾਲ ਆਉਂਦਾ ਹੋਇਆ ਸੰਗਤਾਂ ਦਾ ਇਕੱਠ ਉੱਦਾਂ ਹੀ ਹੈ ਜੀ
और लंगर का भी आनंद मार रही है। इधर कुछ अपने वीर दुकाना सो जी संगत पिछे नहीं शामिल हो सकी वो फिर इतने आके खड़ जाती है तो नगर कीर्तन पालकी साहब की फिर वेट करते हैं। सो इतों फिर नमस्कार करके फिर वो अपने अपने सो नगर मिल जाते हैं। सो बहुत वधिया जी सामने आ जी दूसरा मंदिर पहले तुहानू दर्शन कराए थे पिछे हुण दूसरे वाला जी और आगे आ गए हैं जी हाई स्ट्रीट और इधर खब्बे पासे शुरू हो जाता जी साउथ वाल ब्रॉडवे और सज्जे पासे हाई स्ट्रीट है। सो पहुँच गए जी सो संगत सारे पासे है जी गुरु साहब दे पालकी साहब इंतजार कर दी जी इधर है जी साउथ वाल ब्रॉडवे जिन्हों कहते जी मिनी पंजाब। सो इधर अपने वीर जी खड़े हुए सो संगत काफ़ी है जी इधर भी काफ़ी संगत है और इधर भी लो जी संगत वाह खालसा वाह फतेह चढ़दी कला और खड़े हो महाराज की सवारी वेट कर रहे हैं ठीक है बहुत बढ़िया आनंद मंगल धुप कभी धुप चढ़ जाती है कभी बारिश महाराज रंग ने ना देख लो
ਗਏ ਜੀ ਗੁਰੂ ਸਾਹਿਬ ਦੇ ਔਰ ਸੰਗਤ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਇੰਨੀ ਸੰਗਤ ਹੈ ਜੀ ਖਾਲਸਾ ਭਾਈ ਫਤਿਹ ਕਿੱਦਾਂ ਭਾਈ ਸਾਹਿਬ ਚੜ੍ਹਦੀ ਕਲਾ ਵਧਾਈਆਂ ਬਹੁਤ ਬਹੁਤ ਹਾਂਜੀ ਹਾਂ ਆ ਗਈ ਬਹੁਤ ਧੰਨਵਾਦ ਜੀ ਤੁਸੀਂ ਸੇਵਾ ਕਰ ਰਹੇ ਹੋ ਸੋ ਸੁੱਕਾ ਪ੍ਰਸ਼ਾਦ ਜੀ ਮਿਸ਼ਰੀ ਦਾ ਡਰਾਈ ਫਰੂਟ ਖਾਲਸਾ ਭਾਈ ਫਤਿਹ ਠੀਕ ਹੋ ਲੰਘਣਾ ਦੋਗੇ ਭਾਅ ਜੀ ਸੋ ਵਧੀਆ ਅਰੇਂਜਮੈਂਟ ਬੇਨਤੀ ਹੈ ਜੀ ਕਿਸੇ ਦਾ ਕਿਸੇ ਦਾ ਫੋਨ ਪਾਲਕੀ ਸਾਹਿਬ ਦੇ ਨੇੜੇ ਗਿਰਿਆ ਹੋਵੇ ਤੇ ਉਹ ਪਾਲਕੀ ਸਾਹਿਬ ਦੇ ਨੇੜੇ ਆ ਕੇ ਆਪਣੇ ਰੱਖਾ ਸੋ ਗੁਰਸਾਹਿਬ ਦੀ ਕਿਰਪਾ ਜੀ ਬਲਵਿੰਦਰ ਭਾਅ ਜੀ ਸਾਹਮਣੇ ਸੋ ਆਰਗੇਨਾਈਜ਼ ਅਮਰਤ ਖਾਲਸਾ ਹੋਏ ਫਤਿਹ ਠੀਕ ਠਾਕ ਦਰਸ਼ਨ ਹੋ ਗਏ ਜੀ ਗਰੀਬਾਂ ਦੇ ਪੰਜਾਂ ਪੈਰਾਂ ਦੇ ਠੀਕ ਠਾਕ ਸੋ ਨੰਗੇ ਪੈਰੀ ਸੇਵਾ ਹੋ ਰਹੀ ਹੈ ਠੀਕ ਠਾਕ ਹਾਂ ਸੋ ਦੋਨੋਂ ਸਾਈਡਾਂ 'ਤੇ ਸੰਗਤ ਸੇਵਾ ਕਰਦੇ ਹੋਏ ਜੀ ਦੋਨੋਂ ਸਾਈਡਾਂ 'ਤੇ ਗੁਰੂ ਦੀ ਸੰਗਤ ਆ
ਸੰਗਤ ਭਾਰੀ ਸੇਵਾ ਕਰ ਰਹੀ ਹੈ ਸੰਗਤ ਠੰਡ ਹੈਗੀ ਆ ਪਰ ਕੋਈ ਪਰਵਾਹ ਨਹੀਂ ਖਾਲਸਾ ਵਾਹਿਗੁਰੂ ਜੀ ਫਤਿਹ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਭਾਜੀ ਹਾਂ ਮੁਬਾਰਕ ਵਧਾਈਆਂ ਹਾਂਜੀ ਸੋ ਸੇਵਾ ਦੇਖੋ ਜੀ ਨਿਰੰਤਰ ਚੱਲਦੀ ਹੋਈ ਨਗਰ ਕੀਰਤਨ ਅੱਧੇ ਰਸਤੇ ਪਹੁੰਚ ਗਿਆ ਜਿੱਦਾਂ ਅੱਧਾ ਨਹੀਂ ਅੱਧੇ ਤੋਂ ਵੀ ਘੱਟ ਹੈ ਟਾਈਮ ਲੱਗਣਾ ਕਿਉਂਕਿ ਸ਼ਾਮ ਦੇ 6 ਜਾਂ 7 ਵੱਜਣਗੇ 6-7 ਵੱਜਣਗੇ ਪਰ ਕੋਈ ਨਾ ਜੀ ਜਿਹੜੀ ਸੰਗਤ ਹੈ ਜੀ ਉਹ ਸਮਾਪਤੀ ਕਰਨ ਤੋਂ ਬਾਅਦ ਹੀ ਆਪਣੇ ਆਪਣੇ ਘਰਾਂ ਨੂੰ ਜਾਊਗੀ ਸੋ ਬਹੁਤ ਮਹਾਰਾਜ ਦੀ ਕਿਰਪਾ ਸੋਰੀ ਉਤਸ਼ਾਹ ਸੰਗਤਾਂ ਦਾ ਕਾਫੀ ਉਤਸ਼ਾਹ ਜੀ ਸੰਗਤਾਂ ਕਾਫੀ ਚਿਰ ਦੀ ਵੇਟ ਕਰ ਰਹੀਆਂ ਕਿਉਂਕਿ ਇੱਥੋਂ ਅਸੀਂ ਚੱਲ ਕੇ ਵਾਪਸ ਫਿਰ ਪਿੱਛੇ ਗਏ ਸੀਗੇ ਔਰ ਵਾਪਸ ਫਿਰ ਇੱਧਰ ਆਇਆ ਵਾਹਿ ਖਾਲਸਾ ਵਾਹਿ ਫਤਿਹ ਠੀਕ ਹੋ ਥੱਕੇ ਤਾਂ ਨਹੀਂ ਲਓ ਜੀ ਗੁਰੂ ਕੇ ਲਾਡ ਦੀਆਂ ਫੌਜਾਂ ਖੜੀਆਂ ਮਹਾਰਾਜ ਦੀ ਵੇਟ ਕਰ ਰਹੀਆਂ ਹੋਰ ਗੁਰੂ ਕੇ ਪਿਆਰਿਓ ਵਾਹਿ ਖਾਲਸਾ ਵਾਹਿ ਫਤਿਹ ਮੈਂ ਤਾਂ ਕਿਹਾ ਇੰਡੀਆ ਦੇ ਆ ਦਰਸ਼ਨ ਨਹੀਂ ਹੁੰਦੇ ਮੈਂ ਕਿਹਾ ਇੰਡੀਆ ਗਏ ਖਰੇ ਹੋਰ ਚੜ੍ਹਦੀ ਆਨੰਦ ਆ ਗਏ ਬਸ ਮਹਾਰਾਜ ਸਵਾਰੀ ਆ ਗਈ ਬਹੁਤ ਸੰਗਤ ਪਿਛਲੇ ਨਾਲ ਜ਼ਿਆਦਾ ਸੰਗਤ ਹੈ ਹਾਂ ਬੱਚੇ ਕਿੱਥੇ ਆਏ ਆ ਬੱਚੇ ਆਪਣੇ ਆਪ ਹੀ ਆਉਣਾ ਸੀ ਉਹਨਾਂ ਨੇ ਮੈਂ ਪਹਿਲੇ ਜਦੋਂ ਨਗਰ ਕੀਰਤਨ ਸਟਾਰਟ ਹੋਇਆ ਉੱਥੇ ਪਹੁੰਚ ਗਿਆ ਸੀ ਪਹਿਲੇ ਸੋ ਭਾਜੀ ਕੁਲਦੀਪ ਭਾਜੀ ਔਰ ਗੁਰਮੀਤ ਭਾਜੀ ਮਿਲੇ ਆਨੰਦ ਲੈ ਰਹੇ ਨੇ ਸੋ ਭਾਜੀ ਨੰਨੀ ਮੁੰਨੀ ਬੱਚੀ ਵੇਟ ਕਰ ਰਹੀ ਆ ਗਏ ਬਸ ਬਾਬਾ ਜੀ ਆ ਗਏ ਥੋੜ੍ਹੇ ਲਾਗੇ ਆ ਪ੍ਰਸ਼ਾਦ ਮਿਲੇਗਾ ਫਿਰ ਅੱਛਾ ਹਾਂ ਥੈਂਕ ਯੂ ਹੋ ਜੀ ਸੰਗਤਾਂ ਦਾ ਉਤਸ਼ਾਹ ਸੰਗਤਾਂ ਵੇਟ ਕਰ ਰਹੀਆਂ ਜੀ ਮਹਾਰਾਜ ਦੀਆਂ ਇੰਤਜ਼ਾਰ ਦੇ ਵਿੱਚ ਔਰ ਬਿਲਕੁਲ ਲਾਗੇ ਆ ਗਈ ਪਾਲਕੀ ਸਾਹਿਬ ਲਓ ਜੀ ਸੰਗਤਾਂ 'ਚ ਉਤਸ਼ਾਹ ਗੁਰੂ ਸਾਹਿਬ ਦੀ ਪਾਲਕੀ ਲਾਗੇ ਆ ਰਹੀ ਬਿਲਕੁਲ ਔਰ ਸੰਗਤਾਂ ਜੋਸ਼ ਵਿੱਚ ਪੂਰੇ ਮਹਾਰਾਜ ਦੇ ਦਰਸ਼ਨ ਦਾਰੀ ਕਰਨਗੀਆਂ ਔਰ ਦੋਨਾਂ ਸਾਈਡਾਂ 'ਤੇ ਸੰਗਤ ਉਨੀ ਹੈ ਲਓ ਜੀ ਵਾਹਿਗੁਰੂ ਸੇਵਾ ਹੋ ਰਹੀ ਹੈ ਪੂਰੀ ਚੜ੍ਹਦੀ ਕਲਾ ਬਹੁਤ ਵਧੀਆ ਬਹੁਤ ਵਧੀਆ ਲਓ ਜੀ ਜੈਕਾਰਾ ਵੀ ਛੱਡ ਦਿਓ ਨਾਲ ਵਾਹਿਗੁਰੂ ਜੀ ਜੈਕਾਰਾ ਵਾਹ ਜੀ ਵਾਹ ਸੋ ਇਹ ਜੀ ਆਪਣੇ ਗੁਰਸਿੱਖ ਵੀਰ ਸਾਰੇ ਸੇਵਾਦਾਰ ਸ਼੍ਰੀ ਗੁਰੂ ਸਿੰਘ ਸਭਾ ਜਿੱਥੇ ਹੁੰਦੇ ਆ ਜੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਮੇਰੇ ਲਾਲ ਕੀ ਸੋ ਸੋਭਾ ਮੇਰੇ ਲਾਲ ਵਾਹਿਗੁਰੂ ਜੀ ਸੋ ਬੱਚਾ ਜੀ ਸੇਵਾ ਕਰ ਰਿਹਾ ਜੀ ਨੰਗੇ ਪੈਰੀ ਔਰ ਦੇਖੋ ਜੀ ਠੰਡ ਹੈ ਕਾਫੀ ਗੁਰੂ ਸਾਹਿਬ ਨਾਲ ਝੋਲੀਆਂ ਭਰਨੀ ਸੋ ਨੰਗੇ ਪੈਰੀ
गुरु साहब की श्रद्धा देखो जी भैन जी होनी सेवा करते हो सुरेंद्र अपनी यूथ सारा नौजवान लो जी नन्हे मुन्ने छोटे सिंह नगारे की सेवा करते हुए गुरु साहब इन्हें मेहर पर हाथ रखे जी सो ये होंगे जी जोश गुरु के बाणी का गुरु की संगत का सत श्री अकाल देखा जी संगत गुरु साहब की पालकी की इंतजार बिच गुरु साहब कृपा करन जो जो अपने भावना लैके आए ने महाराज इन्हां दी भावना पूर्ण करन सो बहुत वधिया जी इधर भी सेम संगत उदा ही है जी उस तरह और आन तो पहले पहले महाराज का रस्ता जो सेवा की जा रही है सेवादारा वालों सो भाई गुरिंदर सिंह जी सो हजूरी रंग राखी जत्था बाबा बुखारा साहब और 10-15 मिनट तक इस चौंक ते पहुंच जाएगा शफी साहब अपना पालकी साहब सो संगतां फिर दर्शन कर लेणगियां सो इधर पानी की सेवा चलती हुई क्योंकि संगतां खड़ी हुई हैं काफ़ी चिर तो सो सिंह जी और बाल्टी च पानी भर के संगतां वास्ते पानी की सेवा करते हुए और रवीर जी बहुत वधिया सेवा सतगुर की सेवा सफल है जे को करे चित लाए मन चंदिया फल पावना होमे विचो जाए सो गुरु साहब उन्हां दी कृपा करन वाहेगुरु जी की फतेह मेरे पर हाथ रखन साहब आँदी हुई और ऑर्गेनाइज सेवादार अपने सारे बस लागे पहुंच गई है पानी लेना हाँ जी इतों ले लो करके चलो जी शाबाश लो जी छोटे सिंह तैयार हो रहे जी महाराज की कृपा ना मुंडे सेवा कर रहे थे सेवा करते हुए बीबियां बहुत श्रद्धा नाल
ਸਾਹਿਬ ਆਏ ਫਤਿਹ ਠੀਕ ਆ ਸੋ ਇੱਧਰ ਲੰਗਰ ਚੱਕ ਲਿਆ ਜੀ ਪਕੌੜਿਆਂ ਦਾ ਸੰਗਤਾਂ ਨੇ ਹੁਣੇ ਛਕਿਆ ਬੜਾ ਆਨੰਦ ਲਿਆ ਸੋ ਸੰਗਤਾਂ ਇੰਤਜ਼ਾਰ ਕਰ ਰਹੀਆਂ ਜੀ ਨੰਨੇ ਮੰਨੇ ਬੱਚੇ ਛੋਟੇ ਸੋ ਮੱਥਾ ਟੇਕਣ ਵਾਸਤੇ ਗੁਰੂ ਸਾਹਿਬ ਦਾ ਇੰਤਜ਼ਾਰ ਕਰ ਰਿਹਾ ਸਾਰੇ ਜਾਣੇ ਸੋ ਪਾਲਕੀ ਸਾਹਿਬ ਤਕਰੀਬਨ ਆ ਹੀ ਗਈ ਆ ਉਹ ਦੇਖੋ ਜੀ ਟਰਨ ਕਰ ਰਹੀ ਔਰ ਸੰਗਤਾਂ ਦਾ ਜਿਹੜਾ ਇੰਤਜ਼ਾਰ ਹੈ ਉਹ ਖਤਮ ਹੋਏਗਾ ਜੀ ਸੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਧੰਨ ਹੋਣਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ 'ਤੇ ਚਲੋ ਸ਼ਾਬਾਸ਼ ਲਓ ਜੀ ਨੰਨੇ ਮੰਨੇ ਬੱਚੀ ਗੁਰੂ ਸਾਹਿਬ ਦੇ ਹਾਜ਼ਰੀ ਲਵਾ ਰਹੀ ਜੀ ਸੇਵਾ ਦੀ ਵਾਹ ਜੀ ਵਾਹ ਬਹੁਤ ਧੰਨ ਹੈ ਜੀ ਧੰਨ ਮਾਤਾ ਪਿਤਾ ਜਿਹੜੇ ਇਹਨਾਂ ਨੂੰ ਇੱਦਾਂ ਦੇ ਅਸਥਾਨਾਂ 'ਤੇ ਲੈ ਕੇ ਆਉਂਦੇ ਆ ਕਿਉਂਕਿ ਇੱਦਾਂ ਹੀ ਲਗਨ ਲੱਗਦੀ ਹੈ ਜੀ ਫਿਰ ਬੱਚਿਆਂ 'ਚ ਗੁਰੂ ਸਾਹਿਬ ਦੇ ਚਰਨਾਂ ਨਾਲ ਫਿਰ ਪ੍ਰੀਤ ਜੁੜ ਜਾਂਦੀ ਹੈ ਫਿਰ ਬੱਚਾ ਗੁਰੂ ਸਾਹਿਬ ਆਪੇ ਹੀ ਹੱਥ ਰੱਖਦੇ ਆ ਔਰ ਕੋਈ ਵੀ ਕਮੀ ਪੇਸ਼ੀ ਨਹੀਂ ਹੋਣ ਦਿੰਦੇ ਮਹਾਰਾਜ ਜੀਵਨ ਦੇ ਵਿੱਚ ਫਿਰ ਕਰ ਪੈਸੋ ਹਰਜਨ ਪਿਆਰੇ ਸਤਿਗੁਰੂ ਤੁਮਰੇ ਕਾ ਸਵਾਰੇ ਸੋ ਗੁਰੂ ਸਾਹਿਬ ਚੜ੍ਹਦੀ ਕਲਾ ਰੱਖਣਗੇ ਸਾਰੇ ਹੀ ਸੇਵਾਦਾਰਾਂ ਸੋ ਇੱਧਰ ਆ ਜੀ ਫਾਇਰ ਬ੍ਰਿਗੇਡ ਨਿਸ਼ਾਨ ਝੂਲਦੇ ਹੋਏ ਫਾਇਰ ਬ੍ਰਿਗੇਡ ਦੇ ਉੱਪਰ ਖਾਲਸਾ ਜੀ ਔਰ ਉਹ ਵੀ ਪੂਰਾ ਸਤਿਕਾਰ ਕਰਦੇ ਹੋਏ ਸੋ ਹਰ ਆਪਣੀ ਆਪਣੀ ਸੇਵਾ ਨਿਭਾਉਂਦੇ ਹੋਏ ਸਾਰੇ ਜਾਣੇ ਆ ਗਏ ਜੀ ਮਹਾਰਾਜ ਆ ਗਏ ਲਾਗੇ ਬਸ ਚੌਂਕ 'ਚ ਆ ਗਏ ਵਾਹ ਖਾਲਸਾ ਵਾਹਿ ਫਤਿਹ ਜੀ ਸਿਮਰਨ ਹੋ ਰਿਹਾ ਜੀ ਸੰਗਤਾਂ ਆਨੰਦ ਲੈ ਰਹੀਆਂ ਨਾਲੇ ਸੇਵਾ ਨਾਲੇ ਸਿਮਰਨ ਸਰ ਇੱਧਰ ਲਾਡਲੀਆਂ ਫੌਜਾਂ ਅੱਗੇ ਅੱਗੇ ਗੱਤਕੇ ਦੇ ਜ਼ੋਰ ਦਿਖਾਉਂਦੇ ਹੋਏ ਵਾਹ ਜੀ ਵਾਹ ਕਿਹਾ ਜੀ ਨਹੀਂ ਬਸ ਸੋ ਚਾਹ ਦਾ ਲੰਗਰ ਬਬਲ ਟੀ ਸੋ ਵੀਰ ਹੋਣੀ ਸੇਵਾ ਕਰਦੇ ਹੋਏ ਬਹੁਤ ਵਧੀਆ ਸੋ ਇੱਧਰ ਫਿਰ ਜੀ ਆਪਾਂ ਅੱਗੇ ਗੱਤਕੇ 'ਤੇ ਜ਼ੋਰ ਦਿਖਾ ਰਹੇ ਫਿਰ ਇੱਧਰ ਹੈ ਜੀ ਲੰਗਰ ਆਈ ਥਿੰਕ ਬਬਲ ਟੀ ਨਾਲੇ ਜੀ ਕੜੀ ਚੌਲ ਵਾਹ ਜੀ ਵਾਹ ਵਾਹ ਜੀ ਵਾਹ ਖਾਲਸਾ ਫਤਿਹ ਵਧਾਈਆਂ ਭਾਅ ਜੀ ਬਹੁਤ ਪਿਛਲੀ ਵਾਰ ਖਾਧੀ ਸੀ ਫਿਰ ਇੱਥੇ ਖਾ ਰਹੇ ਹਾਂ ਛਕਦੇ ਹਾਂ ਹੋਰ ਠੀਕ ਠਾਕ ਜੀ ਟੂਰ ਤੋਂ ਆ ਗਿਆ ਹਾਂ ਟੂਰ ਤੋਂ ਆ ਗਿਆ
लो जी आप छकन लगे हैं जी कढ़ी चौल का लंगर। ओ छक लिया जी लंगर आप इतों चलते आप कि जी ठीक ठाक हो लंगर चल रहे नरेंद्र जी वधिया चढ़ती कला बहुत जी बहुत बहुत वधिया वधिया बहुत वधिया बहुत बहुत धन्यवाद। वीर सिंह सेवा करते हुए जी आए और चढ़ती कला ठीक है जी आनंद आ रहा पूरा ना संगत ज्यादा है बहुत ज्यादा है इस बार संगत ज्यादा हाँ जी बहुत सोना है महाराज जी हाँ बख्शी जाए तो इधर वीर कोक की सेवा करते हुए नहीं जी चढ़ती कला नहीं नहीं छक लिया हाँ वाह बहुत वधिया जी। सो नौजवान सिंह अपने सेवा करते हुए सो महाराज ने सो संगत जी इंतजार कर दी हुई पालकी साहब पूरा डिसिप्लिन जी पूरा कोई शैतानी नहीं हैगी संगत अपने हिसाब न इधर गुरी भाजी वाह जी वाह सो संगत जी कोई भी डिसिप्लिन नहीं तोड़ रही आराम ना अपने आप खड़िया हुई जिदा क्योंकि सवाल ही नहीं पैदा होता कोई डिसिप्लिन तोड़िए क्योंकि संगत बहुत मार कृपा न सूझवान है और संगत का इकट्ठ काफ़ी है इधर खड़ी जी एम्बुलेंस और कोई भी अभी ना भी होए पर महाराज की कृपा होंदी है जो पिछले नवंबर च भी अपना नगर कीर्तन सारा यूट्यूब ते कवर किया सो हूँ भी अपना कवर किया आप वीर जी हूँ पहुँच गए हाई स्ट्रीट इन हाई स्ट्रीट कहते हैं पुलिस स्टेशन तो पहले हाँ अगे जाके पार्क आऊगी पार्क तो बाद फिर आप राइट हो जाएंगे नगर कीर्तन है इस साल का ये पहले नवंबर च होया सी ना हाँ जी हाँ जी विसाखी वाला कि नवा नगर कीर्तन ये तो बहुत पुराना होएगा मैनू 22 साल तो देखते हो गए हाँ 22 साल तो मैनू देखते हो गए तो बहुत पुराना इस साल मौसम बहुत सोहना है हाँ मौसम ठीक होया हो रहे बदल जो ऊपर पर है कि गुरु साहब की कृपा हाँ जी बहुत सोहने फुल नेचुरल देखोगे हाँ हाँ इधर अंकल जी लंगर का आनंद लेंदे हुए बहुत वधिया जी सो लंगर का आनंद मानते हुए जी हाँ जी अंकल जी सो बहुत वधिया जी सो इधर जी सिंह साहब जी तैयार पर तैयार पूरे शास्त्र नाल खालसा और मौसम देखो जी फिर हो गया बारिश का पर लगता नहीं गुरु साहब की कृपा रहेगी सो इधर एम्बुलेंस खड़ी हुई है जी ये जी हाई स्ट्रीट साउथ हॉल हवा देखी तुसी कितना चल रही पर लगता नहीं पिछली बार वांगू इस जगह पर पिछली बार बारिश पई सी सो हूँ भी वही टाइम आ गया पर नहीं गुरु साहब की कृपा रहेगी सो इधर जी भैन जी होनी बीबी भाई साहब जी सेवा करते हुए बहुत श्रद्धा ना बधाई भाजी विसाखी दिया नगर कीर्तन दी चौंक में काफ़ी टाइम लग गया पर गुरु साहब की कृपा जी तो सेवा चल रही निरंतर जी बीबिया वालों
ਸੋ ਆਪਣਾ ਸਿੰਘ ਘੁੰਮਦਾ ਜੋਗੀ ਸਿੰਘ ਠੰਡ ਬਹੁਤ ਹੋ ਗਈ ਹੈ ਜੀ ਪਰ ਫਿਰ ਵੀ ਦੇਖੋ ਸੰਗਤਾਂ ਨੰਗੇ ਪੈਰੀ ਇੱਧਰ ਭੈਣ ਜੀ ਹੁਣੇ ਸੇਵਾ ਕਰਦੇ ਹੋ ਜੀ ਪੂਰਾ ਡਿਸਿਪਲਿਨ ਛੋਟੇ ਛੋਟੇ ਬੱਚੇ ਵੀ ਸੇਵਾ ਕਰਦੇ ਹੋਏ ਸੇਵਾ ਕਰ ਰਿਹਾ ਵਾਹ ਜੀ ਵਾਹ ਸੋ ਦੇਖੋ ਜੀ ਇਹਨਾਂ ਨੇ ਵੀ ਨਾਲ ਸੇਵਾ ਕਰ ਰਿਹਾ ਕਿਉਂਕਿ ਕੋਈ ਅੰਦਰ ਇੰਟਰ ਨਾ ਕਰ ਸਕੇ ਸੇਵਾ ਨਾਲ ਸਫਲ ਹੋ ਜਾਣੀ ਹੈ ਜੀ ਕਿਉਂਕਿ ਗੁਰੂ ਸਾਹਿਬ ਝੋਲੀਆਂ ਮਾਰਦੇ ਆ ਪ੍ਰਸ਼ਾਦੇ ਬਣਾਉਣੇ ਜਾ ਕੇ ਸ਼ਾਮ ਨੂੰ ਇਹ ਲਾਡੀ ਭਾਜੀ ਨੂੰ ਪੱਕੀ ਡਿਊਟੀ ਲੱਗੀ ਪ੍ਰਸ਼ਾਦਿਆਂ ਦੀ ਮੈਂ ਭਾਜੀ ਨੂੰ ਕਿਹਾ ਕਿ ਟਾਈਮ ਸਿਰ ਪਹੁੰਚ ਆਇਓ ਮੈਂ ਸ਼ਾਮ ਨੂੰ ਪ੍ਰਸ਼ਾਦੇ ਬਿਲਕੁਲ ਹਾਂਜੀ ਲਾਡੀ ਭਾਜੀ ਸਬਜ਼ੀਆਂ ਵਾਲੇ ਲਾਡੀ ਭਾਜੀ ਪ੍ਰਸ਼ਾਦੇ ਵਾਲੇ ਸਬਜ਼ੀਆਂ ਵਾਲੇ ਸੋ ਬੜੀ ਗੱਲ ਹੈ ਭਾਜੀ ਸਾਹਮਣਾ ਹਰ ਬੰਦਾ ਨਹੀਂ ਕਰ ਸਕਦਾ ਲਾਗੇ ਆਉਂਦੇ ਹੋਏ ਜੀ ਸੰਗਤਾਂ ਨਾਲ ਨਾਲ ਆਨੰਦ ਵੀ ਲੈ ਰਹੀਆਂ ਜੀ ਗੁੱਫਾ ਛੱਕ ਰਹੀਆਂ ਨਾਲ ਨਾਲ ਗਰਮਾ ਗਰਮ ਦੁੱਧ ਨਾਲ ਨਾਲ ਇਹ ਸਾਰੇ ਜੀ ਜਲਾਏ ਨੇ ਸੇਵਾ ਵਾਸਤੇ ਆ ਅਤੇ ਕੋਈ ਵੀ ਅੱਗੇ ਆ ਕੇ ਵਿੱਚ ਵੜਨ ਦੀ ਕੋਸ਼ਿਸ਼ ਨਾ ਕਰੋ ਬਹੁਤ ਵਧੀਆ ਭੈਣ ਜੀ ਹੁਣੇ ਸੇਵਾ ਕਰਦੇ ਵੀਰ ਜੀ ਹੁਣੇ ਬਹੁਤ ਵਧੀਆ ਆਨੰਦ ਹੋ ਰਿਹਾ ਜੀ ਖਾਲਸਾ ਵਾਹਿਗੁਰੂ ਜੀ ਚਲੋ ਜੀ ਚਾਲੇ ਪੈ ਗਏ ਜੀ ਸੋ ਇੱਧਰ ਵੀ ਉੱਦਾਂ ਹੀ ਹੈ ਜੀ ਸੇਵਾ ਚੱਲ ਰਹੀ ਹੈ ਜੀ ਭੈਣ ਜੀ ਵੱਲੋਂ ਨਿਰੰਤਰ ਨਾਲ ਨਾਲ ਗਰਮਾ ਗਰਮ ਦੁੱਧ ਲੰਗਰ ਛੱਕ ਰਹੇ ਜੀ ਸਾਰੇ ਵੀਰ ਜੀ ਬਹੁਤ ਸੇਵਾ ਜੀ ਧੰਨ ਜੀ ਇੱਥੇ ਖੜਨਾ ਮਾਤਾ ਜੀ ਆਨੰਦ ਮਾਣਦੇ ਹੋਏ ਜੀ ਸਤਿ ਸ਼੍ਰੀ ਅਕਾਲ ਜੀ ਨਾਲ ਨਾਲ ਗੁੱਫਾ ਛੱਕ ਰਹੇ ਗਰਮਾ ਗਰਮ ਹਾਂ ਜੀ ਛਕੋ ਛਕੋ ਠੰਡ ਬਹੁਤ ਹੈ ਛਕੋ ਖਾਲਸਾ ਸੋ ਇੱਧਰ ਵੀ ਸੋ ਵਾਹ ਜੀ ਸੇਵਾ ਧੰਨਵਾਦ ਤੁਸੀਂ ਸੋ ਵੀਰ ਜੀ ਹੋਣੀ ਪੂਰਾ ਡਿਸਿਪਲਿਨ ਮਾਤਾ ਜੀ ਹੋਣੀ ਇਹ ਪੂਰੀ ਲਾਈਨ ਹੈ ਜੀ ਇਸ ਕਰਕੇ ਬਣੀ ਕਿ ਕੋਈ ਵੀ ਅੰਦਰ ਇੰਟਰ ਨਾ ਕਰ ਸਕੇ ਗੁਰੂ ਸਾਹਿਬ ਦਾ ਪੂਰਾ ਸਤਿਕਾਰ ਅਦਬ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਹਾਂਜੀ ਬਿਲਕੁਲ ਹਾਂ ਸੇਵਾ ਕਰਨਗੇ ਮੇਵਾ ਮਿਲੇਗਾ ਸਤਿਗੁਰੂ ਕੀ ਸੇਵਾ ਸਫਲ ਹੈ ਸੋ ਪੂਰਾ ਡਿਸਿਪਲਿਨ ਨਾਲ ਨਾਲ ਗੱਫੇ ਛੱਕ ਰਹੇ ਨੇ ਜੀ ਗਰਮ ਗਰਮ ਦੁੱਧ ਔਰ ਪੂਰਾ ਡਿਸਿਪਲਿਨ ਪੂਰਾ ਔਰਗਨਾਈਜ਼ ਹੈ ਜੀ ਹਰ ਵਾਰ ਦੀ ਤਰ੍ਹਾਂ ਸੋ ਆਪਾਂ ਵੀ ਕੜੀ ਚੌਲ ਦਾ ਲੰਗਰ ਛੱਕ ਲਿਆ ਸੀਗਾ ਹਵਾ ਬਹੁਤ ਚੱਲ ਰਹੀ ਮੌਸਮ ਕਦੀ ਪਤਲੇ ਹੋ ਜਾਂਦਾ ਦਿਖਾਉਣਾ ਤੁਹਾਨੂੰ ਜੀ ਉੱਪਰ ਬੱਦਲ ਜਾ ਰਹੇ ਆ ਐਂ ਲੱਗਦਾ ਜਦੋਂ ਆਪਣੀ ਹਾਜ਼ਰੀ ਲਵਾਉਂਦੇ ਪਏ ਆ ਵੀ ਹਾਜ਼ਰੀ ਲਵਾਉਂਦੇ ਗੁਰੂ ਸਾਹਿਬ ਕਿਰਪਾ ਕਰਨ ਸੋ ਦੇਖਿਆ ਜੀ ਦੇਵਤਾ ਜੀ ਫਿਰ ਹਾਜ਼ਰ ਹੋ ਗਏ ਨੇ ਬਦਲਾਂ ਦੇ ਵਿੱਚੋਂ ਝਾਤੀਆਂ ਮਾਰ ਕੇ ਸੋ ਇੱਦਾਂ ਹੀ ਹੁੰਦਾ ਜੀ ਕਾਫੀ ਸ਼ਾਰਪ ਸਨਸਾਈਨ
ਧੁੱਪ ਆ ਗਈ ਕਾਫੀ ਹੁਣ ਫਿਰ ਪਾ ਗਈ ਗੁਰੂ ਸਾਹਿਬ ਜੀ ਆ ਜਾਓ ਲਓ ਜੀ ਮੌਸਮ ਸਾਫ਼ ਹੁੰਦਾ ਆ ਔਰ ਸੇਵਾ ਹੋ ਰਹੀ ਜੀ ਬੀਬੀਆਂ ਵੱਲੋਂ ਨਿਰੰਤਰ ਸੇਵਾ ਕੀਤੀ ਜਾ ਰਹੀ ਬਹੁਤ ਗੁਰੂ ਸਾਹਿਬ ਦੀ ਕਿਰਪਾ ਜੀ ਉਦਮ ਹੋਇਆ ਜੀ ਉਦਮ ਕਰਕੇ ਸਾਰਾ ਕੁਛ ਹੁੰਦਾ ਜੀ ਮਹਾਰਾਜ ਉਦਮ ਬਖਸ਼ਦੇ ਆਪ ਧੰਨ ਹੈ ਜੀ ਇਹਨਾਂ ਦੀ ਸੇਵਾ ਚੱਕਿਆ ਕੁਛ ਖਾਧਾ ਹੈ ਲੈ ਲੈ ਮੇਰੀ ਫੋਟੋ ਲੈ ਮੇਰੇ ਨਾਲ ਹਾਂ 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 ਸੇਵਾ ਚੱਲਦੀ ਹੋਈ ਜੀ ਵਾਹ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਸਨ ਜੀ ਭਿੰਡਰ ਸਾਹਿਬ ਗਏ ਬਹੁਤ ਧੰਨ ਨੇ ਜੀ ਹਰ ਸੇਵਾ ਦੇ ਉੱਤੇ ਹਰ ਕੀਰਤਨ ਦਰਬਾਰ 'ਤੇ ਪਹੁੰਚਦੇ ਆ ਕਿਆ ਬਾਤ ਹੈ ਜੀ ਆਨੰਦ ਆ ਰਿਹਾ ਜੀ ਪੂਰਾ ਬਹੁਤ ਆਰਾਮ ਨਾਲ ਨਗਰ ਕੀਰਤਨ ਚੱਲ ਰਿਹਾ ਜੀ ਆਪਣਾ ਸਾਰਾ ਯੂਥ ਸ੍ਰੀ ਅਕਾਲ ਖਾਲਸਾ ਵਾਹਿ ਫਤਿਹ ਜੀ ਸੋਰੀ ਸੇਵਾ ਚੱਲਦੀ ਹੋਈ ਜੀ ਆਪਣੇ ਆਪ ਹੀ ਮਹਾਰਾਜ ਬੁਲਾ ਲੈਂਦੇ ਆ ਸੇਵਾ ਵਾਸਤੇ ਸੋ ਕਿੱਥੋਂ ਕਿੱਥੋਂ ਸੰਗਤ ਆਈ ਹੋਣੀ ਹੈ ਜੀ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕੋਈ ਲੋਕਲ ਹੋਏਗੀ ਕੋਈ ਦੂਰੋਂ ਦੂਰੋਂ ਆਈ ਹੋਏਗੀ ਜਿੱਥੋਂ 2 ਜਾਂ 3 ਘੰਟੇ ਦਾ ਰਸਤਾ ਸੋ ਇਹ ਸਾਰੀ ਸੰਗਤ ਹੈ ਜੀ ਜੋ ਇੱਦਾਂ ਹੀ ਆਪਣਾ ਲਾਹਾ ਲੈ ਰਹੀ ਹੈ ਕਿਉਂਕਿ ਦੂਰੋਂ ਦੂਰੋਂ ਆਈ ਹੈ ਲਾਗੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੁਬਾਰਕਾਂ ਵਧਾਈਆਂ ਬਹੁਤ ਬਹੁਤ ਸਾਰਿਆਂ ਨੂੰ ਨਗਰ ਕੀਰਤਨ ਦੀਆਂ ਵਿਸਾਖੀ ਦੀਆਂ ਹਾਂਜੀ ਹਾਂਜੀ ਸਾਰਿਆਂ ਨੂੰ ਮੁਬਾਰਕਾਂ ਇਹ ਜੀ ਆਪਣੇ ਸਿੰਘ ਸਾਹਿਬ ਆਪਣੇ ਸੇਵਾਦਾਰ ਪਾਰਕ ਐਵਨਿਊ ਸੋ ਭਾਈ ਸਾਹਿਬ ਜੀ ਨਾਲ ਲੰਗਰ ਵੀ ਛਕਦੇ ਪਏ ਆ ਨਾਲ ਨਾਲ ਸੇਵਾ ਵੀ ਹੋ ਰਹੀ ਹੈ ਸੋ ਬਹੁਤ ਵਧੀਆ ਜੀ ਸੋ ਇਹ ਜੀ ਮੁੰਡਾ ਆਪਣਾ ਨੰਨਾ ਮੁੰਨਾ ਬੱਚਾ ਕਾਫੀ ਚਿਰ ਦਾ ਲੱਗਾ ਹੋਇਆ ਔਰ ਨੰਗੇ ਪੈਰੀ ਯੂ ਫੀਲ ਕੁਛ ਹੁੰਦਾ ਪੈਰਾਂ 'ਤੇ ਠੰਡੇ ਨਹੀਂ ਓਕੇ ਲਓ ਜੀ ਗੁਰੂ ਸਾਹਿਬ ਆਪੇ ਕਿਰਪਾ ਕਰਦੇ ਆ ਜੀ ਉਦਮ ਦਿੰਦੇ ਆ ਤੇ ਕੋਲੋਂ ਨੰਗੇ ਪੈਰੀ ਸੇਵਾ ਹੋ ਰਹੀ ਧੰਨ ਨੇ ਜੀ ਬੀਬੀਆਂ ਕਿੱਦਾਂ ਲੱਗਾ ਬੇਟੇ ਬਹੁਤ ਵਧੀਆ ਮੈਂ ਫਸਟ ਟਾਈਮ ਆਈ ਹਾਂ ਫਸਟ ਟਾਈਮ ਆਏ ਹੋ ਓਕੇ ਓਕੇ ਨਗਰ ਕੀਰਤਨ ਫਸਟ ਟਾਈਮ ਅਟੈਂਡ ਕੀਤਾ ਆਨੰਦ ਆਇਆ ਸੇਵਾ ਵੀ ਕਰ ਰਹੇ ਹੋ ਵਾਹ ਜੀ ਵਾਹ ਬਹੁਤ ਵਧੀਆ ਮਹਾਰਾਜ ਕਿਰਪਾ ਕਰਨ ਤੁਹਾਡੇ ਤੇ ਹਾਂਜੀ ਸਕੂਨ ਮਿਲ ਰਿਹਾ ਹਾਂ ਲਓ ਜੀ ਸੰਗਤਾਂ ਜੀ ਪੂਰਾ ਜੋਸ਼ ਨਾਲ ਸਿਮਰਨ ਕਰਦੀਆਂ ਹੋਈਆਂ ਵਾਹ ਜੀ ਵਾਹ ਚਲੋ ਸੰਗਤਾਂ ਕਿੱਥੋਂ ਆਈਆਂ ਅੱਜ ਕੀ ਬਹੁਤ ਜ਼ਿਆਦਾ ਸੰਗਤ ਹੈ ਹਾਂ ਠੀਕ ਹੈ ਭਾਅ ਜੀ ਵਧਾਈਆਂ ਮੁਬਾਰਕਾਂ ਵਿਸਾਖੀ ਦੀਆਂ ਬਹੁਤ 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 ਧੰਨਵਾਦ ਕਿਆ ਬਾਤ ਹੈ ਜੀ ਭਾਅ ਜੀ ਮਿਲਣ ਜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੀ ਹੈ ਵਾਹ ਜੀ ਵਾਹ ਅੱਛਾ 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 ਮੈਂ ਪਛਾਣ ਲਿਆ ਮੈਂ ਕਿਹਾ ਯਾਰ ਹਾਂ ਠੀਕ ਹੈ ਠੀਕ ਹੈ ਠੀਕ ਸੋ ਇੱਧਰਾ ਜੀ ਲੰਗਰ ਕੜੀ ਚੌਲ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕਲੱਬ ਸਮੂਹ ਸੰਗਤਾਂ ਵੱਲੋਂ ਲੱਖ ਲੱਖ ਵਧਾਈ ਨਾਲ ਦੀ ਦੁੱਧ ਦਾ ਲੰਗਰ ਗਰਮਾ ਗਰਮ ਸਤਿ ਸ਼੍ਰੀ ਅਕਾਲ ਭਾਅ ਜੀ ਠੀਕ ਹੋ ਕੜੀ ਚੌਲ ਦਾ ਲੰਗਰ ਜੀ ਅਤੁੱਟ ਵਰਤ ਰਿਹਾ ਇੱਧਰ ਗਰਮਾ ਗਰਮ ਦੁੱਧ ਜੀ ਵਾਹ ਖਾਲਸਾ ਵਾਹ ਫਤਿਹ
लो जी नन्हे मुन्ने बच्चे इंतजार कर रहे हैं पर महाराज आ गए लागे बिल्कुल। आनंद आ गया जी वाहेगुरु जी का खालसा वाहेगुरु जी की फतेह। वाह जी वाह आनंद लियाता भाजी ने भाई ने ना सो आप शक्ल लगे जी समोसे का लंगर सुनो जी भाजी आनंद लियाता तुसी क्या बात है कितनी तिखी आवाज तुहाडी थैंक यू हां बड़े बहुत बढ़िया आनंद आया जी। ਸੁਵੀਰ ਜੀ ਹੁਣ ਲੰਗਰ ਲਾਇਆ ਜੀ ਨਾਲੇ ਨਾਲੇ ਬੋਲ ਸਲਾਏ ਨੇ ਮਾਰੇ ਖਾਲਸੇ ਦੇ ਨਾਲੇ ਇੱਧਰ ਲੰਗਰ ਚੱਲ ਰਿਹਾ ਜੀ ਸਮੋਸਿਆਂ ਦਾ ਲੰਗਰ ਰੈਡ ਪਕੌੜੇ ਲੱਡੂ ਵਾਹ ਜੀ ਵਾਹ ਯੂਥ ਆਪਣੇ ਜਿੰਨੇ ਵੀ ਨੌਜਵਾਨ ਨੇ ਸੇਵਾ ਕਰਦੇ ਹੋਏ ਵਾਹ ਜੀ ਵਾਹ ਦੀ ਕਲਾ ਸੇਵਾ ਹੋ ਰਹੀ ਹੈ ਔਰ ਸੰਗਤਾਂ ਉੱਦਾਂ ਹੀ ਵੇਟ ਕਰ ਇੰਤਜ਼ਾਰ ਕਰ ਰਹੀਆਂ ਗੁਰੂ ਸਾਹਿਬ ਦੇ ਆਉਣ ਦੀ ਨਮਸਕਾਰ ਕਰਨ ਵਾਹ ਜੀ ਵਾਹ ਸਿੰਘ ਸਜੇ ਪੂਰੇ ਓ ਵਾਹ ਜੀ ਵਾਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੰਘ ਸਜੇ ਹੋਏ ਪੂਰੇ ਵਾਹ ਜੀ ਵਾਹ ਧੰਨੋ ਜੀ ਤੁਸੀਂ ਜਿਹੜਾ ਇਹਨਾਂ ਨੂੰ ਹੀ ਬਾਣਾ ਬਣਾਇਆ ਬਹੁਤ ਜੀ ਮਾਤਾ ਪਿਤਾ ਧੰਨ ਹੈ ਜੀ ਵਾਹਿਗੁਰੂ ਬਹੁਤ ਵਧੀਆ ਜੀ ਬਹੁਤ ਆਨੰਦ ਆਇਆ ਬਹੁਤ ਜੀ ਉਹ ਸਿੰਘ ਸਾਹਿਬ ਆ ਗਏ ਇੱਕ ਹੋਰ ਵਾਹ ਜੀ ਵਾਹ ਜੀ ਵਾਹ ਵਾਹ ਜੀ ਵਾਹ ਵਾਹਿਗੁਰੂ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਧੰਨੋ ਜੀ ਮਾਤਾ ਪਿਤਾ ਵਾਹ ਸਤਿ ਸ੍ਰੀ ਅਕਾਲ ਸੋ ਸੇਵਾ ਕਰਦੇ ਹੋ ਜੀ ਮੁੰਡੇ ਆਪਣੇ ਨਾਲ ਗਰਮ ਗਰਮ ਚਾਹ ਦਾ ਵੀ ਲੰਗਰ ਚੱਲ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਵਾਹਿਗੁਰੂ ਜੀ ਸੋ ਆਪਾਂ ਲੈਂਦੇ ਹਾਂ ਜੀ ਵੀਰੇ ਕੋ ਚਾਹ ਅੱਧਾ ਬਸ ਬਸ ਥੈਂਕ ਯੂ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਫਤਿਹ ਸੋ ਆਪਾਂ ਛਕਦੇ ਹਾਂ ਜੀ ਚਾਹ ਦਾ ਲੰਗਰ ਲਿਆ ਥੋੜ੍ਹਾ ਜਿਹਾ ਲਿਆਵਾਂ ਤੁਹਾਡੇ ਪਾਸੇ ਭਾਅ ਜੀ ਸੇਵਾ ਹੋ ਰਹੀ ਹੈ ਪੂਰੀ ਤਨ ਮਨ ਧਨ ਨਾਲ ਵਾਹ ਜੀ ਵਾਹ ਸੋ ਬਹੁਤ ਕਿਰਪਾ ਜੀ ਗੁਰੂ ਸਾਹਿਬ ਦੀ ਹਰ ਬੰਦਾ ਆਪਣੀ ਆਪਣੀ ਸੇਵਾ 'ਤੇ ਲੱਗਾ ਹੋਇਆ ਉਹ ਗੁਰੂ ਸਾਹਿਬ ਆਪ ਲਾਉਂਦੇ ਆ ਔਰ ਇੱਧਰ ਸਾਰੀ ਸੰਗਤ ਖੜ੍ਹੀ ਹੋਈ ਆ ਇੱਧਰ ਆ ਜੀ ਨੰਨੇ ਮੁੰਨੇ ਬੱਚੀ ਬਾਬਾ ਜੀ ਨਹੀਂ ਵੇਟ ਕਰ ਰਹੇ ਹੋ ਓ ਸ਼ਾਬਾਸ਼ ਸ਼ਾਬਾਸ਼ ਹੋਰ ਭਾਅ ਜੀ ਚੜ੍ਹਦੀ ਗੱਲ ਵਧਾਈਆਂ ਬਹੁਤ ਨਗਰ ਕੀਰਤਨ ਦੀਆਂ ਤੈਨੂੰ ਉਹ ਇੱਧਰ ਵੀ ਛੋਟੂ ਜੀ ਆ ਓਏ ਓਏ ਹਾਂਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਹਾਂ
लो जी लो मैनू भी तो थोड़ा जहा प्रसाद प्लीज थोड़ा जो आ दो एक पीस हाँ थैंक यू लो जी आप जलेब का लंगर छकते थैंक यू सो आंटी होनी छक रहे थे तो मेरा दिल किया कि जलेब का लंगर छकया जाए सो मैं लिया थोड़ा जहा वाहगुरु जी वाह जी वाह शाबाश शाबाश अच्छा वाह जी वाह आ फा लो बेटे फिर दादी जी बाद फड़ा दो बाद दादी जी फड़ा दो अच्छा हाँ बहुत वधिया शाबाश शाबाश आजा 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 वाहेगुरु वाहेगुरु कर दे वाहेगुरु जी बहुत वधिया भैन जी बहुत वधिया भाई साहब बहुत वधिया संगत जी अपना वेट कर रही हैं गुरु साहब की सवारी दी और छट नन्ना मुन्ना बच्चा भी है ओए बाबा जी कितने आ रहे ओ दे बाबा जी आ रहे है ना मत्था टेकेगा प्रसाद मिलेगा प्रसाद मिलेगा हाँ लो जी अपना फ्रेंड बन गया दोस्त बन गया अपना लो जी वीर बहुत वधिया जी लैके आते रहे उद्दे जी बच्चों हाँ जी हाँ हाँ लो जी माता जी आते गुरुद्वारा साहब दर्शन होते रहते हाँ जी तो बहुत संगत ना जी प्यार गुरु साहब ना इधर है जी लंगर छोले भटूरे दा लंगर तुट चल रहा जी वीर जी छोले भटूरे दा लंगर जी चलो जी क्या बात है जी सो गुरु साहब अनेक प्रकार के 36 प्रकार के भोजन महाराज की कृपा नाल छक रहे जी आप तुसी भी सेवा की थी? तुसी सेवा की थी? सो वीर जी होनी भैन जी होनी सारे इधर छोटी नन्नी मुन्नी बच्ची सेवा कर रहे हो हैं ओ वेरी नाइस बहुत वधिया किन्ने सोहने पेड़े बना रहे हो ओ वाह जी वाह बहुत वधिया वीर जी बहुत वधिया छोले पूड़ियाँ और नाल छोले भटूरे और नाल चाह का लंगर है जी बाहर चल रहा सोया जी आर्मी और ट्रक
सो अज जड़िया संगत चल नहीं सकदिया जां बजुर्ग वो बसा च सफ़र कर सकते हैं और छोटे छोटे मिनी बसा भी हैं और वड्डी कोच भी है जी और सारी संगत है जी पूरा प्रबंध जी बजुर्गों वास्ते ਸਾਹ ਵਾਹ ਫਤਿਹ ਸੋ ਗੁਰੂ ਸਾਹਿਬ ਦੀ ਕਿਰਪਾ ਜੀ ਸੇਵਾ ਹੋ ਰਹੀ ਹੈ ਜੀ ਹਾਂਜੀ ਹੁਣੇ ਸੋ ਕਿੰਨਾ ਸੋਹਣਾ ਦ੍ਰਿਸ਼ ਹੈ ਜੀ ਸਾਹਮਣੇ ब्रेड पकौड़ा वीर जी होने छकते हुए हाँ जी दे वीर जी लो सोपा भी छक लें जी क्या सोनी धुप चढ़ गई है जी थैंक यू भाजी थैंक यू थोड़ा जी बहुत आनंद लिया रहे जी सेवा कर रहे हो तुम ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਹੋਰ ਅੱਧਾ ਘੰਟੇ ਦੇ ਵਿੱਚ ਅਸੀਂ ਗੁਰਦੁਆਰਾ ਪਾਰਕ ਐਵਨਿਊ ਸਾਹਿਬ ਗੁਰਦੁਆਰਾ ਸਿੰਘ ਸਭਾ ਪਹੁੰਚ ਜਾਵਾਂਗੇ ਬਹੁਤ ਆਨੰਦਮਈ ਨਗਰ ਕੀਰਤਨ ਦਰਸ਼ਨ ਹੋਇਆ ਜੀ ਸਾਰੀਆਂ ਸੰਗਤਾਂ ਨੇ ਬਹੁਤ ਆਨੰਦ ਲਿਆ ਔਰ ਖਾਸ ਕਰ ਧੰਨ ਨੇ ਬੀਬੀਆਂ ਔਰ ਜੋ ਲਗਾਤਾਰ ਨਿਰੰਤਰ ਸੇਵਾ ਕਰ ਰਹੀਆਂ ਨੇ ਔਰ ਬਹੁਤ ਆਨੰਦ ਆਇਆ ਜੀ ਸਿੰਘਾਂ ਦੀ ਫੌਜ ਲੱਗੀ ਹੈ ਨਗਾਰੇ 'ਤੇ ਵੀ ਔਰ ਥੱਲੇ ਵੀ ਨਗਾਰਿਆਂ 'ਚ ਚੜ੍ਹਦੀ ਕਲਾ 'ਚ ਕਿਰਪਾ ਕਰਨ ਜੀ ਸਾਰੇ ਬੱਚਿਆਂ 'ਤੇ ਮਿਹਰ ਭਰਿਆਤ ਰੱਖਣ ਉਸ ਅਸੀਂ ਹੁਣ ਪਹੁੰਚਦੇ ਹੋਏ ਜੀ ਬਹੁਤ ਵਧੀਆ ਜੀ ਨਗਰ ਕੀਰਤਨ ਪਹੁੰਚਦਾ ਹੋਇਆ ਜੀ ਨਗਰ ਕੀਰਤਨ ਪਹੁੰਚਦਾ ਹੋਇਆ ਜੀ ਸੋ ਬਹੁਤ ਕਿਰਪਾ ਜੀ ਬੀਬੀਆਂ ਔਰ ਸਿੰਘ ਭਾਈ ਆਪਣੇ ਜਿੰਨੇ ਵੀਰ ਨੇ ਸੇਵਾ 'ਚ ਹਿੱਸਾ ਪਾ ਰਹੇ ਨੇ Bye.
ਬਿਲਕੁਲ ਲਾਗੇ ਆਂਦੀ ਹੋਈ ਸੋ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ ਜੀ ਹੋਰ 10 ਮਿੰਟ 20 ਮਿੰਟ ਤੱਕ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੀ ਕਿਰਪਾ ਕੀਤੀ ਹੈ ਜੀ ਆਨੰਦ ਮਾਣਦੇ ਹੋਏ ਕੀਰਤਨ ਦਾ ਸੋ ਸੰਗਤਾਂ ਦਾ ਜੀ ਠਾਠਾ ਮਾਰਦਾ ਕੱਟ ਪਿੱਛੇ ਕਿੰਨਾ ਇਸ ਤੋਂ ਅੱਗੇ ਵੀ ਹੈ ਔਰ ਉਸ ਤੋਂ ਜ਼ਿਆਦਾ ਪਿੱਛੇ ਆ ਜੀ ਸੋ ਕੋਟ ਅਨ ਕੋਟ ਧੰਨਵਾਦ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦਾ ਆਨੰਦਮਈ ਨਗਰ ਕੀਰਤਨ ਦੇ ਦਰਸ਼ਨ ਹੋਇਆ ਓਕੇ ਭਾਈ ਸਾਹਿਬ ਜੀ ਲਓ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਨੌਜਵਾਨ ਸੇਵਾਦਾਰ ਔਰ ਨਾਲ ਲੱਗੇ ਹੋਏ ਨੇ ਪੂਰਾ ਆਨੰਦ ਪੂਰੀ ਸੇਵਾ ਤਨੋ ਮਨ ਤਨ ਮਨ ਧੰਨ ਨਾਲ ਕਰ ਰਹੇ ਨੇ ਸੋ ਬਹੁਤ ਵਧੀਆ ਧੰਨ ਹੋ ਤੁਸੀਂ ਧੰਨ ਲੱਗਦਾ ਸਪੈਸ਼ਲ ਮਹਾਰਾਜ ਨੇ ਕਿਰਪਾ ਕੀਤੀ ਹੈ ਕਿੱਦਾਂ ਨੰਗੇ ਪੈਰੀ ਹੈ ਸ਼ਾਬਾ ਗਿਆ ਸਿੰਘ ਕਮਾਲ ਕਰੀ ਜਾਂਦੇ ਜੀ ਸਿੰਘ ਥੋੜੀ ਵੀ ਮਿੱਟੀ ਨਹੀਂ ਛੱਡ ਰਹੇ ਹੈ ਪੂਰੀ ਕਿਰਪਾ ਪੂਰੀ ਕਿਰਪਾ ਜੀ ਲੰਗਰ ਆ ਗਿਆ ਜੀ ਫਿਰ ਚਾਹ ਦਾ ਬ੍ਰੈਡ ਪਕੌੜੇ ਥੈਂਕ ਯੂ ਵਾਹਿ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਨਿੰਦਰ ਭਾਅ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਚੜ੍ਹਦੀ ਕਲਾ ਭਾਅ ਜੀ ਕਿੱਥੇ ਵਾਹਿ ਖਾਲਸਾ ਫਤਿਹ ਭਾਅ ਜੀ ਕਿੱਦਾਂ ਠੀਕ ਹੋ ਭਾਅ ਜੀ ਕਿੱਥੇ ਬਹੁਤ ਫੁੱਲ ਹੋ ਗਿਆ ਇਹ ਪਿੱਛੋਂ ਬੜਾ ਆਨੰਦ ਲਿਆ ਵਾਹ ਜੀ ਗੁਰੂ ਸਾਹਿਬ ਦੀ ਕਿਰਪਾ ਬ੍ਰੈਡ ਪਕੌੜਾ ਔਰ ਚਾਹ ਦਾ ਲੰਗਰ ਨਾਲ ਸੋ ਲੰਗਰ ਦਾ ਤਾਂ ਅੰਤ ਹੀ ਕੋਈ ਨਹੀਂ ਜੀ ਕਿੰਨੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਹਾਰਾਜ ਕਿਰਪਾ ਮਹਾਰਾਜ ਕਿਰਪਾ ਹਾਂਜੀ 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 ਬਹੁਤ ਹਾਂਜੀ ਹਾਂਜੀ ਲਓ ਮਹਾਰਾਜ ਨਗਰ ਕੀਰਤਨ ਦਾ ਆਨੰਦ ਮਾਰ ਰਹੇ ਜੀ ਵਾਹ ਜੀ ਵਾਹ ਬਹੁਤ ਆਨੰਦ ਸੀਗਾ ਜੀ ਅੱਜ ਬਹੁਤ ਵਧੀਆ ਬਾਬੇ ਨੇ ਲਾਇਆ ਬਹੁਤ ਬਹੁਤ ਵਧੀਆ ਬਹੁਤ ਤੁਹਾਨੂੰ ਵਧਾਈਆਂ ਵਿਸਾਖੀ ਦੀਆਂ ਨਗਰ ਕੀਰਤਨ ਤੁਹਾਨੂੰ ਬਹੁਤ ਵਧਾਈਆਂ ਹਾਂਜੀ ਅੱਛਾ ਜੀ ਠੀਕ ਹੈ ਬਹੁਤ ਜੀ ਆਇਆਂ ਨੂੰ ਭਾਜੀ ਜੀ ਆਇਆਂ ਨੂੰ ਤੁਹਾਡਾ ਜੀ ਕੜੀ ਚੌਲ ਦਾ ਲੰਗਰ ਬਸ ਬਸ ਥੈਂਕ ਯੂ ਖਾਲਸਾ ਭਾਈ ਫਤਿਹ ਦੇਖੋ ਵਾਹਿਗੁਰੂ ਜੀ ਵਾਹਿ ਖਾਲਸਾ ਭਾਈ ਫਤਿਹ ਸੋ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਨੰਨੇ ਮੰਨੇ ਬੱਚੇ ਹਾਜ਼ਰੀ ਭਰਦੇ ਹੋਏ ਲਓ ਜੀ ਵੀਰ ਜੀ ਹੋਣੀ ਲੰਗਰ ਛੱਕ ਰਹੇ ਨੇ ਚਾਹ ਦਾ ਲੰਗਰ ਔਰ ਸੇਵਾ ਦੁੱਧ ਹੈ ਕਿਆ ਬਾਤ ਮੈਂ ਵੀ ਛਕਿਆ ਬਹੁਤ ਆਨੰਦ ਪਈ ਸੀ ਬਹੁਤ ਆਨੰਦ ਲਓ ਜੀ ਨਗਰ ਕੀਰਤਨ ਪਹੁੰਚਦਾ ਆਇਆ ਗੁਰਦੁਆਰਾ ਸਾਹਿਬ ਔਰ ਆਪਣੇ ਵੀਰ ਸੇਵਾ ਕਰਦੇ ਹੋਏ ਨੰਗੇ ਪੈਰੀ ਔਰ ਦੇਖ ਲਓ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਿੰਨਾ ਉਦਮ ਬਖਸ਼ਿਆ ਮਹਾਰਾਜ ਨੇ ਗੁਰੂ ਸਾਹਿਬ ਨੇ ਬਹੁਤ ਵਧੀਆ ਨੌਜਵਾਨ ਸੇਵਾਦਾਰ ਸਾਡੇ ਸਾਰੇ ਵੀਰ ਜਿਹੜੇ ਆਪਾਂ ਇਕੱਠੇ ਹੋ ਕੇ ਆਨੰਦ ਲੈਂਦੇ ਹਾਂ ਪਾਰਕ ਐਵਨਿਊ ਰਾਤ ਦੇ 12:30 ਇੱਕ ਵਜੇ ਤੱਕ ਸੇਵਾ ਕਰਦੇ ਆ ਜੀ ਧੰਨ ਇਹਨਾਂ ਦੀ ਸਿੱਖੀ ਸੇਵਾ ਧੰਨ ਜੀ ਇਹਨਾਂ ਦੀ ਸੇਵਾ ਸੋ ਹੁਣ ਸਮਾਪਤ ਹੋ ਰਿਹਾ ਜੀ ਨਗਰ ਕੀਰਤਨ ਆਪਣਾ ਸੋ ਚੜ੍ਹਦੀ ਕਲਾ ਰੱਖਣ ਮਹਾਰਾਜ ਬਹੁਤ ਵਧੀਆ ਜੀ ਆਨੰਦ ਆ ਗਿਆ ਜੀ ਬੋਲੇ ਸੋ ਨਿਹਾਲ ਲਓ ਜੀ ਗੁਰੂ ਸਾਹਿਬ ਦੀ ਇੰਤਜ਼ਾਰ ਵਿੱਚ ਖੜਾ ਹੋਇਆ ਨੰਨਾ ਮੰਨਾ ਸਿੰਘ ਆਪਣਾ ਪਗੜੀ ਬੰਨੀ ਆਈ ਆਹ ਜੀ ਵਾਹ ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧੀਆ ਜੀ ਨੰਨੇ ਮੰਨੇ ਬੋਲੇ ਸਤਿ ਸ੍ਰੀ ਅਕਾਲ ਸ਼ਾਬਾਸ਼ ਸ਼ਾਬਾਸ਼ ਓਏ ਸ਼ਾਇ ਕਰ ਗਿਆ ਬਹੁਤ ਵਧੀਆ ਜੀ ਆ ਗਏ ਬਾਬਾ ਜੀ ਬਸ ਉਹ ਆ ਗਏ ਥੈਂਕ ਯੂ ਜੀ ਵਾਹਿਗੁਰੂ 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 ਵਾਹਿਗੁਰੂ
ਵਾਹ ਖਾਲਸਾ ਵਾਹ ਫਤਿਹ ਕਿਦਾਂ ਠੀਕ ਲੈ ਗਏ ਲਾਹਾ ਲੈ ਗਏ ਤੁਸੀਂ ਹੈ ਬੱਚੇ ਮੈਂ ਕਿਹਾ ਲਾਹਾ ਲੈ ਗਏ ਹਾਂਜੀ ਹਣਾ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਸੋ ਸੇਵਾ ਨਿਰੰਤਰ ਚਲਦੀ ਹੋਈ ਜੀ ਸੋ ਹੈ ਕਾ ਵਾਹਿਗੁਰੂ ਜੀ ਠੀਕ ਠਾਕ ਹੋ ਠੀਕ ਹੋ ਹਾਂ ਔਰ ਅੱਛਾ ਬਸ ਆ ਗਏ ਬਾਬਾ ਜੀ ਬਸ ਅੱਛਾ ਦਰਸ਼ਨ ਕਰਨੇ ਕੇ ਲਈ ਰੁਕੇ ਹਾਂ ਨਹੀਂ ਸਵੇਰ ਸੇ ਆਇਆ ਅੱਛਾ ਅੱਛਾ ਸਵੇਰ ਸੇ ਆਇਆ ਠੀਕ ਹੈ ਠੀਕ ਹੈ ਬਹੁਤ ਅੱਛਾ ਠੀਕ ਹੈ ਬਹੁਤ ਅੱਛਾ ਬਹੁਤ ਅੱਛਾ ਬਸ ਬਾਬਾ ਜੀ ਕਿਰਪਾ ਕਰੇਗੇ ਹਾਂਜੀ ਹਾਂਜੀ ਕਰਤਾਪੁਰ ਨਿਰਭਉ ਬਹੁਤ ਜੀ ਵਾਹ ਦੇਖੋ ਜੀ ਮੂਲ ਮੰਤਰ ਪੂਰਾ ਅੰਕਲ ਜੀ ਨੇ ਪੂਰਾ ਮੂਲ ਮੰਤਰ ਕਰਤਾ ਅੱਛਾ 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 ਤੁਸੀਂ ਦੇਖ ਲਿਓ ਯੂਟਿਊਬ 'ਤੇ ਆਊਗੀ ਡੇ ਆਫਟਰ ਸਬਸਕ੍ਰਾਈਬ ਕਰ ਲਿਓ ਫਿਰ ਆ ਜਾਊਗੀ ਵੀਡੀਓ ਹਾਂਜੀ ਨਹੀਂ ਆਪਕਾ ਯੂਟਿਊਬ 'ਤੇ ਦੇਖ ਲੈਣਾ ਫੋਟੋ ਇਹ ਵੀਡੀਓ ਆਏਗਾ ਸੋ ਇੱਧਰ ਆ ਜੀ ਸੇਵਾ ਉੱਧਰ ਸਾਹਮਣੇ ਨਿਸ਼ਾਨ ਸਾਹਿਬ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਔਰ ਇੱਧਰ ਸੰਗਤਾਂ ਦਿਨ ਡੁੱਬਦਾ ਹੋਇਆ ਸੂਰਜ ਢਲ ਰਿਹਾ ਸਾਹਮਣੇ ਜੀ ਔਰ ਇੱਧਰ ਸੇਵਾ ਸਮਾਪਤੀ ਹੁੰਦੀ ਹੋਈ ਬਹੁਤ ਜਲਦੀ ਹੋ ਜਾਣੀ ਹੈ ਸੋ ਸਤਿ ਸ਼੍ਰੀ ਅਕਾਲ ਸਿੰਘਾਂ ਵਿੱਚ ਜੋਸ਼ ਉੱਦਾਂ ਹੀ ਹੈ ਜੀ ਅਸੀਂ ਇੰਟਰ ਕਰ ਗਏ ਜੀ ਗੁਰਦੁਆਰਾ ਸਾਹਿਬ ਦੇ ਗੇਟ ਔਰ ਗੁਰਦੁਆਰਾ ਸਾਹਿਬ ਸੋ ਜੈਕਾਰੇ ਸਤਿ ਸ੍ਰੀ ਅਕਾਲ ਕਰ ਗਿਆ ਜੀ ਜੈਕਾਰਿਆਂ ਦੀ ਸਮਾਪਤੀ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਨਗਰ ਕੀਰਤਨ ਦੀ ਸਮਾਪਤੀ ਹੋ ਗਈ ਸੋ ਜੈਕਾਰਿਆਂ ਦੀ ਸਮਾਪਤੀ ਨਾਲ ਜੈਕਾਰਿਆਂ ਦੀ ਗੂੰਜ ਨਾਲ ਸਮਾਪਤੀ ਹੋਈ ਹੈ ਜੀ ਸੋ ਆਪਾਂ ਅੰਦਰ ਚੱਲਦੇ ਹਾਂ ਜੀ ਹੁਣ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਔਰ ਅਰਦਾਸ 'ਚ ਸ਼ਾਮਿਲ ਹੁੰਦੇ ਹਾਂ ਹੁਣ ਅਰਦਾਸ ਹੋ ਗਈ ਉਸ ਤੋਂ ਬਾਅਦ ਫਿਰ ਸਮਾਪਤੀ ਗੁਰੂ ਸਾਹਿਬ ਦੇ ਗੁਰੂ ਮਹਾਰਾਜ ਆਪਣੇ ਸੁੱਖ ਆਸਣ 'ਤੇ ਬਿਰਾਜਮਾਨ ਹੋਣਗੇ ਸੋ ਬਹੁਤ ਧੰਨ ਹੈ ਜੀ ਸੰਗਤ ਸੋ ਇੰਟਰ ਕਰਦਾ ਹੋਇਆ ਅੰਦਰ ਦਾਖਲ ਹੁੰਦਾ ਹੈ ਪਾਲਕੀ ਸਾਹਿਬ ਬਾਪ ਕਸਮ ਮਤ ਪੰਨੇ
ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਗੋਪਾਲ ਜੀ ਦਾ ਬੰਦਰ ਆਂਦੀ ਹੋਈ ਅੰਨੇ ਆਨਾ ਜੀ ਗੁਰੂ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਵਾਹਿਗੁਰੂ ਜੀ ਸੋ ਸਿੰਘ ਸਾਹਿਬ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਸਮਾਪਤੀ ਹੈ ਜੀ ਸੋ ਸੰਗਤਾਂ ਨੇ ਪੂਰਾ ਆਨੰਦ ਲਿਆ ਜੀ ਸੋ ਚੱਲਦੇ ਹਾਂ ਜੀ ਆਪਾਂ ਅੰਦਰ ਹੁਣ ਅਰਦਾਸ ਸ਼ਾਮਿਲ ਹੁੰਦੇ ਹਾਂ ਅੰਦਰ ਨਿਰੰਤਰ ਸੇਵਾ ਅੰਦਰ ਵੀ ਚੱਲ ਰਹੀ ਹੈ ਜੀ ਜੋੜਾ ਘਰ ਇਹ ਆ ਜੀ ਸੋ ਅਫਗਾਨਿਸਤਾਨ ਦੇ ਸੰਗਤ ਜੋ ਨਿਰੰਤਰ ਸੇਵਾ ਕਰਦੇ ਆ ਹਰ ਪ੍ਰੋਗਰਾਮ ਕੀਰਤਨ ਦਰਬਾਰ ਔਰ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਸੇਵਾ ਇਹਨਾਂ ਦੀ ਬਹੁਤ ਹੁੰਦੀ ਹੈ ਸੋ ਚੱਲਦੇ ਹਾਂ ਜੀ ਆਪਾਂ ਹੁਣ ਅੰਦਰ ਜੋੜੇ ਉਤਾਰ ਕੇ ਵਾਹਿ ਖਾਲਸਾ ਵਾਹਿ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਵੀ ਜੀ ਦਰਸ਼ਨ ਹੋ ਗਏ ਸੀ YouTube ਤੇ ਉਹ ਵਾਹਿਗੁਰੂ ਸੇਵਾ ਚੱਲਦੀ ਹੈ ਵੀਰ ਸਾਡੇ ਲੱਗੇ ਆ ਸੇਵਾ ਸੰਗਤ ਅੰਦਰ ਵੀ ਸੰਗਤ ਆਨੰਦ ਮਾਣਦੇ ਹੋਏ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਦਰਸ਼ਨ ਨਹੀਂ ਹੋਏ ਨਗਰ ਕੀਰਤਨ ਦਰਸ਼ਨ ਨਹੀਂ ਹੋਏ ਤੁਹਾਨੂੰ ਬਹੁਤ ਬਹੁਤ ਵਾਹਿਗੁਰੂ 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 ਮਿਲਦੇ ਹਾਂ ਫਿਰ ਸਾਹਿਬ
पांच प्यारे जी निशान साहब के नाल अगवाई करते हुए सो पांच प्यारे साहबान पांच प्यारे साहबान जी अगवाई करते हुए निशान साहब के नाल पांच प्यार की उपरंत फिर पांच प्यारे साहबान आन गए। हाँ जी नानक नाम जय है मेरा सत गुरु जाए जित जाए बहन अमृत नाम निदान है मिल पीवो पाई अमृत नाम निदान है मिल पाई अमृत नाम निदान है
मिल पीवो पाई अमृत नाम निदान है, मिल पीवो पाई अमृत नाम निदान है। जिस सिमरत सुख पाई है, जिस सिमरत सुख पाई है, सब दिखा बुझाई अमृत नाम निदान है, मिल पीवो पाई अमृत नाम निदान है। कर सेवा पर ब्रह्म गुर, कर सेवा पर ब्रह्म गुर, भुख रहे नकाई अमृत नाम निदान है, मिल पीवो पाई अमृत नाम निदान है। सगल मनोरथ पुण्या, सगल मनोरथ पुण्या, सगल अमरा पद पाई अमृत नाम निदान है, मिल पीवो पाई अमृत नाम निदान है। तुझे वड तू है पार ब्रह्म, तुझे वड तू है पार ब्रह्म, नानक सरनाई अमृत नाम निदान है, मिल पीवो पाई अमृत नाम निदान है। ऐसे गुर को बल बल जाए, ऐसे गुर को बल बल जाए, ऐसे आप मुकत मोहतार, आप मुकत मोहतार, आप आप मुकत मोहतार, आप मुकत मोहतार, वाहो वाहो गोविंद सिंह जी, वाहो वाहो गोविंद सिंह जी, वाहो वाले गोविंद सिंह जी, बाजा वाले गोविंद सिंह जी, कलगियां 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 वाले गोविंद। जपो सतनाम 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 जी, वाहे गुरु वाहे गुरु वाहे गुरु जी, जपो सतनाम 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 जी, वाहे गुरु वाहे गुरु वाहे गुरु जी, वाहे गुरु 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 वाहे गुरु।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ